ਗੁਰੂ ਨਾਨਕ ਪਾਦ ਪੰਕਜ ਬੰਦਨ ਪਾਏ ਅੰਕਜ ਬੰਦਨ ਸਿਮਰਉ ਅੰਗਦ ਦੁਖ ਭਿਕੰਦਨ ਅਮਰ ਦਾਸ ਗੁਰ ਹਿਰਦੈ ਧਿਆਵਾਂ ਹਰਦਾ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਾਰੇ ਗੋਬਿੰਦ ਸ਼ੁਭ ਸੁਮਤ ਪਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਵਾਏ ਗੁਰੂ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁਤੇਗ ਬਾਦਰ ਪਰਮ ਕਿਰਪਾ ਵਾਏ ਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲ ਤਾਰੋਂ ਤਾਰਾ ਪਾਰੇ ਪੋਨੇ ਪੋਨਸੀ ਸਾਹ ਵਾਏ ਗੁਰੂ ਪੋਨੇ ਪੋਨਸੀ ਸਾਹ ਬੰਦੋ ਬਾਰ ਬਾਰ ਜਗਦੀ ਸਾਹ ਜਿਸ ਮੈਂ ਅਮਰਤ ਗਿਆਨ ਹੈ ਮਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰੇ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤੇ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਨ ਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਚਕ ਨਾਹਿਨ ਪੇ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਹਿੋ ਤੁਮ ਕਥਾ ਸੁਧਾਰੀ ਹੰਨਾ ਸਖਤ ਕਰ ਸਿਫਤ ਤੁਮਾਰੀ ਆਪ ਰਹੋ ਤੁਮ ਕਥਾ ਸੁਧਾਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਇਕ ਓ ਅੰਕਾਰ ਸਤ ਗੁਰ ਪਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਅਥ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥੇ ਦੋਹਰਾ ਸ੍ਰੀ ਗੁਰ ਨਾਨਕ ਚਰਨ ਬੰਦ ਗੁਰ ਗੋਬਿੰਦ ਸਿੰਘ ਧਾਈ ਲਿਖੋ ਉਤਪਤੀ ਖਾਲਸੇ ਮੋਨਿਜ ਕਰਹੋ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਮਹਾਵਾਕ ਅਨਸਾਰ ਸਾਰਿਆਂ ਨੂੰ ਸਤਸੰਗ ਦਾ ਇਸ ਬਾਗਾ ਸਮਾਪਰਾਪਤ ਹੋਇਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ। ਗੁਰਬਾਣੀ ਦਾ ਕੀਰਤਨ ਗੁਰੂ ਘਰ ਦੇ ਰਾਗੀ ਸਿੰਘਾਂ ਪਾਸੋਂ ਢਾਡੀ ਸਿੰਘਾਂ ਪਾਸੋਂ ਸਰਵਣ ਕੀਤਾ ਹੈ। ਗੁਰ ਇਤਿਹਾਸ ਦੀ ਕਥਾ ਜੋ ਲੜੀਵਾਰ ਗੁਰਸਥਾਨ ਤੇ ਚੱਲ ਰਹੀ ਹੈ। ਸਤਕਾਰ ਜੋਗ ਸਿੰਘ ਸਾਹਿਬ ਗਿਆਨੀ ਗੁਰਦੀਪ ਸਿੰਘ ਜੀ ਦੀ ਰਸਨਾ ਤੋਂ ਆਪ ਜੀ ਨੇ ਆਨੰਦ ਮਾਣਿਆ ਜੋ ਗੁਰੂਕੀਆਂ ਸੰਗਤਾਂ ਦਾ ਗੁਰਮਤਾ ਬਣਿਆ ਸੀ ਕਿ ਕੁਝ ਦਿਨਾਂ ਵਾਸਤੇ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਸੰਗਤਾਂ ਨਾਲ ਸਾਂਝੀ ਕੀਤੀ ਜਾਵੇ ਕਿਉਂਕਿ ਗੁਰਪ੍ਰਤਾਪ ਸੂਰਜ ਦੀ ਕਥਾ ਤਾਂ ਸਥਾਨਾਂ ਤੇ ਹੁੰਦੀ ਰਹਿੰਦੀ ਹੈ ਪਰ ਸ੍ਰੀ ਗੁਰੂ ਪੰਥ ਪ੍ਰਕਾਸ਼ ਜੀ ਦੀ ਕਥਾ ਬਹੁਤ ਘਟ ਸਥਾਨਾਂ ਤੇ ਹੁੰਦੀ ਹੈ ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਇਹਨਾਂ ਬਜ਼ੁਰਗਾਂ ਸ਼ਹੀਦਾਂ ਸਿੰਘਾਂ ਦਾ ਇਤਿਹਾਸ ਨਹੀਂ ਜਾਣਾਂਗੇ ਆਪਣੀ ਵਿਰਾਸਤ ਦਾ ਸਾਨੂੰ ਪਤਾ ਨਹੀਂ ਲੱਗੇਗਾ ਅਰਦਾਸ ਵਿੱਚ ਜ਼ਰੂਰ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਤਨ ਆਰਿਆਂ ਨਾਲ ਚਰਾਏ ਸੁਰਖੜੀਆਂ ਤੇ ਚੜੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਰੋਜ਼ ਅਰਦਾਸ ਵਿੱਚ ਆਪਾਂ ਸਿਮਰਦੇ ਹਾਂ ਧਿਆਂਦੇ ਹਾਂ ਉਹਨਾਂ ਦੀਆਂ ਕੁਰਬਾਨੀਆਂ ਦਾ ਜੋ ਉਹਨਾਂ ਦਾ ਮਹਾਨ ਵਿਰਸਾ ਮਹਾਨ ਸ਼ਹਾਦਤਾਂ ਦੀ ਲੜੀ ਉਹਨਾਂ ਦੇ ਮਹਾਨ ਕਾਰਨਾਮੇ ਹਨ ਉਹ ਅਸੀਂ ਢਾਡੀ ਸਿੰਘਾਂ ਤੋਂ ਸਰਵਣ ਵੀ ਕਰਦੇ ਰਹਿੰਦੇ ਹਾਂ ਵਾਰ ਲੜੀ ਵਾਰ ਇਹ ਸਾਰੀ ਕਥਾ ਜਿਹੜੀ ਹੈ ਉਹ ਸ੍ਰੀ ਗੁਰੂ ਪੰਥ ਪ੍ਰਕਾਸ਼ ਤੋਂ ਬਿਨਾਂ ਸਮਝ ਨਹੀਂ ਆ ਸਕਦੀ ਸਾਰਾ ਜੋ ਇਤਿਹਾਸ ਹੈ ਪੰਥ ਦਾ ਇਹ ਕਿਉਂ ਲਿਖਿਆ ਗਿਆ ਪਹਿਲਾਂ ਤਾਂ ਅੱਜ ਆਪਾਂ ਇਹੀ ਵਿਚਾਰ ਸੁਣਾਵਾਂਗੇ ਵੀ ਇਹ ਇਤਿਹਾਸ ਬਣਿਆ ਕਿਵੇਂ ਸੀਗਾ ਕਿਉਂ ਲਿਖਣਾ ਪਿਆ ਤੇ ਉਸ ਤੋਂ ਬਾਅਦ ਜੋ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਨੇ ਜੋ ਸੰਸਾਰ ਚ ਆ ਕੇ ਅਵਤਾਰ ਧਾਰ ਕੇ 10 ਜਾਮੇ ਧਾਰਨ ਕਰਕੇ ਜਿਹੜਾ ਬੂਟਾ ਸਿੱਖੀ ਦਾ ਲਾਇਆ ਉਸ ਬੂਟੇ ਨੂੰ ਸਿੰਘਾਂ ਨੇ ਆਪਣੇ ਖੂਨ ਨਾਲ ਸਿੰਜਿਆ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦਾ ਖਾਲਸਾ ਦਾ ਮਹਾਨ ਪ੍ਰਤਾਪ ਵਾਲਾ ਰਾਜ ਵੀ ਹੋਇਆ ਉਹ ਜਿਹੜਾ ਬਚਨ ਹੈ ਇਤਿਹਾਸ ਦਾ ਪੱਖ ਹੈ ਉਹ ਇਸ ਗ੍ਰੰਥ ਵਿੱਚ ਆਉਂਦਾ ਹੈ ਸੋ ਖਾਲਸਾ ਜੀ ਸਾਰੀਆਂ ਸੰਗਤਾਂ ਸੁਰਤੀ ਬਿਰਤੀ ਨੂੰ ਮਹਾਰਾਜ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ ਜੋੜੀਏ ਕਿਉਂਕਿ ਪੰਥ ਖਾਲਸਾ ਸਤਗੁਰਾਂ ਦਾ ਸਰੂਪ ਮੰਨਿਆ ਗਿਆ ਹੈ ਖਾਲਸਾ ਮੇਰਾ ਰੂਪ ਹੈ ਖਾਸ ਸਮਝੋ ਇਹ ਸਤਗੁਰਾਂ ਦਾ ਇਤਿਹਾਸ ਹੈ ਜੋ ਖਾਲਸੇ ਦਾ ਇਤਿਹਾਸ ਹੈ ਖਾਲਸਾ ਸਤਗੁਰਾਂ ਤੋਂ ਵੱਖਰਾ ਨਹੀਂ ਜਾਣਨਾ ਜਿਹੜਾ ਪੰਥ ਦੇ ਉੱਤੇ ਤੇ ਗ੍ਰੰਥ ਦੇ ਉੱਤੇ ਨਿਸ਼ਚੈ ਰੱਖਦਾ ਹੈ ਵੀ ਇਹ ਗੁਰੂ ਰੂਪ ਹੈ ਉਹਦਾ ਹੀ ਬੇੜਾ ਭਾਵ ਸਾਗਰ ਤੋਂ ਪਾਰ ਲੰਘਦਾ ਹੈ ਸੋ ਪਿਆਰ ਨਾਲ ਇਹ ਕਥਾ ਸਰਵਣ ਕਰੀਏ ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਗ੍ਰੰਥਾਂ ਦੀ ਰਚਨਾ ਦੀ ਇਹ ਬਰਜਾਦਾ ਹੁੰਦੀ ਹੈ ਵੀ ਕੋਈ ਵੀ ਧਾਰਮਿਕ ਗ੍ਰੰਥ ਲਿਖਣਾ ਹੋਵੇ ਧਾਰਮਿਕ ਲੋਕ ਮੰਗਲ ਜ਼ਰੂਰ ਕਰਦੇ ਹਨ ਮੰਗਲ ਕਰਨ ਦਾ ਇੱਕ ਤਾਂ ਇਹ ਫਾਇਦਾ ਹੁੰਦਾ ਵੀ ਪ੍ਰਮਾਤਮਾ ਨੂੰ ਯਾਦ ਕਰਕੇ ਜਿਹੜਾ ਕੰਮ ਸ਼ੁਰੂ ਕਰੀਏ ਉਹ ਨਿਰਬਿਗਨ ਸਮਾਪਤ ਹੁੰਦਾ ਹੈ ਉਹਦੇ ਚ ਬਿਗਨ ਨਹੀਂ ਪੈਂਦਾ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਦੂਸਰਾ ਜਿਹੜਾ ਗ੍ਰੰਥ ਨੂੰ ਪੜਨ ਵਾਲਾ ਹੈ ਉਹਨੂੰ ਇੰਜ ਲੱਗਦਾ ਵੀ ਗ੍ਰੰਥ ਕਿਸੇ ਸ਼ਰਧਾवान ਦਾ ਲਿਖਿਆ ਹੋਇਆ ਹੈ ਇਹ ਕਿਸੇ ਆਸਤਕ ਦਾ ਲਿਖਿਆ ਹੋਇਆ ਹੈ ਜੇ ਮੰਗਲ ਨਾ ਕਰੀਏ ਤੇ ਪੜਨ ਵਾਲੇ ਨੂੰ ਇੰਜ ਲੱਗਦਾ ਵੀ ਇਹ ਤੇ ਨਾਸਤਕ ਬੰਦੇ ਦਾ ਲਿਖਿਆ ਹੋਇਆ ਹੈ ਇੱਕ ਗੱਲ ਨੋਟ ਕਰਨ ਵਾਲੀ ਹੈ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਿੰਨੇ ਗ੍ਰੰਥ ਲਿਖੇ ਨੇ 1849 ਤੋਂ ਪਹਿਲਾਂ ਦੇ ਜਿੰਨੇ ਆਪਣੇ ਗ੍ਰੰਥ ਨੇ ਖਾਲਸਾ ਪੰਥ ਦੇ ਉਹਨਾਂ ਵਿੱਚ ਪਹਿਲਾਂ ਜ਼ਰੂਰ ਏ ਕੋ ਓੰਕਾਰ ਸਤਿਗੁਰ ਪ੍ਰਸਾਦ ਜਾਂ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖਿਆ ਮਿਲਦਾ ਪਰ ਜਿਹੜੇ ਹੁਣ ਸਾਡੇ ਗ੍ਰੰਥ ਛਪਦੇ ਆ ਯੂਨੀਵਰਸਿਟੀਆਂ ਵੱਲੋਂ ਤੇ ਸਾਡੀਆਂ ਸੰਸਥਾਵਾਂ ਵੱਲੋਂ ਜਿਨ੍ਹਾਂ ਨੂੰ ਆਪਾਂ ਧਾਰਮਿਕ ਗ੍ਰੰਥ ਹੀ ਕਹਿੰਦੇ ਆ ਤੁਹਾਨੂੰ ਕਿਤੇ ਆਰੰਭ ਵਿੱਚ ਮੰਗਲ ਨਹੀਂ ਮਿਲਦਾ ਇਹਦਾ ਮਤਲਬ ਸਾਡੀ ਬਿਰਤੀ ਜਿਹੜੀ ਹੈ ਹੁਣ ਨਾਸਤਿਕਾਂ ਵਾਲੀ ਹੋ ਚੁੱਕੀ ਹੈ ਭਾਵੇਂ ਕਹਿੰਦੇ ਅਸੀਂ ਧਰਮ ਦੇ ਠੇਕੇਦਾਰਾਂ ਪਰ ਅੰਦਰ ਧਰਮ ਦਾ ਵਿਸ਼ਵਾਸ ਨਹੀਂ ਰਿਹਾ ਪ੍ਰਾਤਨ ਗ੍ਰੰਥਾ 'ਚ ਮੰਗਲ ਪਹਿਲੇ ਆਉਂਦਾ ਜ਼ਰੂਰ ਏਕ ਓੰਕਾਰ ਪ੍ਰਮਾਤਮਾ ਏਕ ਹੈ ਅਦੁੱਤੀ ਹੈ ਸਤ ਚੇਤਨ ਆਨੰਦ ਸਰੂਪ ਹੈ ਉਹ ਸਾਰੇ ਸ੍ਰਿਸ਼ਟ ਸੰਸਾਰ ਨੂੰ ਪ੍ਰਕਾਸ਼ ਕਰਨ ਵਾਲਾ ਹੈ ਕੇਵਲ ਏਕੋ ਏਕ ਹੈ ਸਤਗੁਰਾਂ ਦੀ ਕਿਰਪਾ ਨਾਲ ਉਸ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਇਹ ਮੰਗਲ ਜੋ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਹੜਾ ਮੰਗਲ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸਮ ਦੀ ਬਾਣੀ ਚੋਂਦਾ ਹੈ। ਪੁਰਾਤਨ ਜਿੰਨੇ ਵੀ ਗ੍ਰੰਥ ਸਾਡੇ ਲਿਖੇ ਗਏ ਨੇ ਉਹਨਾਂ ਵਿੱਚ ਦੋਵੇਂ ਮੰਗਲ ਇਕੱਠੇ ਤਾਂ ਕੀਤੇ ਜਾਂਦੇ ਸੀ। ਕਵੀਆਂ ਵੱਲੋਂ ਕਿ ਜੋ ਸਾਡੇ ਦੋਵੇਂ ਇਸ਼ਟਾਂ ਦੇ ਮੰਗਲ ਹਨ ਉਹ ਇਕੱਠੇ ਆ ਜਾਣ। ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਜਦੋਂ ਗ੍ਰੰਥ ਦੀ ਰਚਨਾ ਸ਼ੁਰੂ ਕੀਤੀ ਨਾਨਕ ਪ੍ਰਕਾਸ਼ ਦੀ ਤਾਂ ਸਭ ਤੋਂ ਪਹਿਲਾਂ ਇਹ ਦੋਵੇਂ ਮੰਗਲ ਇਹਦੇ ਦੋਰੇ 'ਚ ਪਰੋ ਦਿੱਤੇ ਹਨ ਏਕ ਓੰਕਾਰ ਆ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਇਹ ਹੋ ਗਿਆ ਏਕ ਓੰਕਾਰ ਸਤਿਗੁਰ ਪ੍ਰਸਾਦ ਅਗਲੀ ਪੰਕਤੀ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਉਹ ਦਸਮ ਦਾ ਮੰਗਲ ਹੈ ਦੋਵਾਂ ਮੰਗਲਾਂ ਨੂੰ ਪਹਿਲੇ ਰੱਖ ਕੇ ਫਿਰ ਕਵੀ ਜੀ ਨੇ ਆਪਣੀ ਮਰਿਆਦਾ ਵਾਲੇ ਮੰਗਲ ਕੀਤੇ ਹਨ ਸੋ ਇੱਥੇ ਵੀ ਭਾਈ ਰਤਨ ਸਿੰਘ ਜੀ ਪਹਿਲਾ ਦੋਵੇਂ ਮੰਗਲ ਕਰਦੇ ਵਾਹਿਗੁਰੂ ਜੀ ਕੀ ਫਤਿਹ ਜੋ ਵਾਹਿਗੁਰੂ ਪਰਮੇਸ਼ਰ ਹੈ ਉਹਦੀ ਹਰ ਮੈਦਾਨ ਫਤਿਹ ਹੈ ਜਿੱਥੇ ਉਹਦਾ ਨਾਮ ਆ ਜਾਂਦਾ ਉਸ ਬੰਦੇ ਦੀ ਵੀ ਫਤਿਹ ਹੁੰਦੀ ਹੈ ਜਿਹੜਾ ਉਹਦਾ ਨਾਮ ਲੈਂਦਾ ਸੋ ਖਾਲਸਾ ਉਹਦੀ ਫੌਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ਨ ਸੋ ਇਹ ਦੋਵੇਂ ਮੰਗਲ ਕਰਕੇ ਹੁਣ ਕਵੀ ਜੀ ਲਿਖਦੇ ਹਨ ਅਥ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥੀ ਅਥ ਦਾ ਮਤਲਬ ਹੁੰਦਾ ਹੋਣਾ ਅਸੀਂ ਲਿਖਣ ਲੱਗੇ ਹਾਂ ਉਹ ਗ੍ਰੰਥ ਜਿਹਦੇ ਵਿੱਚ ਪੰਥ ਖਾਲਸੇ ਦਾ ਇਤਿਹਾਸ ਹੈ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਲਿਖਦੇ ਹਾਂ ਦੋਹਰਾ ਸ੍ਰੀ ਗੁਰੂ ਨਾਨਕ ਚਰਨ ਬੰਦ ਗੁਰ ਗੋਬਿੰਦ ਸਿੰਘ ਧਾਈ ਕਵੀ ਜੀ ਕਹਿੰਦੇ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਨਮਸ਼ਕਾਰ ਕਰਕੇ ਗੁਰੂ ਗੋਬਿੰਦ ਸਿੰਘ ਕਲਗੀਧਰ ਜੀ ਨੂੰ ਧਿਆ ਕੇ ਕਥਾ ਸ਼ੁਰੂ ਕਰਦਾ ਹਾਂ ਸ਼ੰਕਾ ਹੁੰਦਾ ਹੈ ਵੀ ਦਸਾਂ ਗੁਰੂਆਂ ਦਾ ਨਾਂ ਕਿਉਂ ਨਹੀਂ ਲਿਆ ਇਕੱਲੇ ਦੋਹਾਂ ਦਾ ਕਿਉਂ ਲਿਆ ਹੈ ਤਾਂ ਇਹਦੇ ਵਿੱਚ ਵਿਦਵਾਨ ਪੁਰਸ਼ ਦੱਸਦੇ ਹਨ ਵੀ ਕੜਾ ਕੁੰਡਲ ਨੇ ਆਏ ਹੁੰਦਾ ਹੈ ਜਿਵੇਂ ਕੜਾਈ ਦੇ ਦੋ ਕੁੰਡੇ ਪਕੜ ਕੇ ਬਾਕੀ ਕੜਾਈ ਵਿੱਚੇ ਸਾਰੀ ਆਪੇ ਹੀ ਆ ਜਾਂਦੀ ਹੈ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰੀਏ ਦਸੇ ਪਾਤਸ਼ਾਹੀਆਂ ਵਿੱਚੇ ਹੀ ਆ ਜਾਂਦੀਆਂ ਯਾਨੀ ਦਸਾਂ ਹੀ ਸਾਧਗੁਰਾਂ ਨੂੰ ਯਾਦ ਕਰਕੇ ਲਿਖੋ ਉਤਪਤੀ ਖਾਲਸੇ ਮੋ ਨਿਜ ਕਰਹੁ ਸਹਾਈ ਮੈਂ ਰਤਨ ਸਿੰਘ ਭੰਗੂ ਜੀ ਭਾਈ ਮਤਾਬ ਸਿੰਘ ਦੇ ਦੋਤਰੇ ਪੋਤਰੇ ਭਾਈ ਮਤਾਬ ਸਿੰਘ ਜੀ ਦੇ ਪੋਤਰੇ ਤੇ ਸ਼ਾਮ ਸਿੰਘ ਦੇ ਦੋਤਰੇ ਇਹ ਲਿਖ ਰਹੇ ਨੇ ਕਿ ਖਾਲਸੇ ਦੀ ਉਤਪਤੀ ਲਿਖਣ ਲੱਗਾ ਹਾਂ ਮੇਰੀ ਸਹਾਇਤਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਉ ਪਈ ਅਬ ਮੈਂ ਲਿਖੋ ਸਿੰਘਣ ਕੀ ਸਾਖੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਬ ਮੈਂ ਲਿਖੋ ਸਿੰਘਣ ਕੀ ਸਾਖੀ ਹੁਣ ਮੈਂ ਸਿੰਘਾਂ ਦਾ ਇਤਿਹਾਸ ਖਾਲਸੇ ਪੰਥ ਦੀ ਕਥਾ ਲਿਖਣ ਲੱਗਾ ਹਾਂ ਜਿਹੇ ਵਿਦ ਵੱਡਣ ਅਸਾਡਣ ਆਖੀ ਇਹ ਕਥਾ ਮੈਂ ਆਪਣੇ ਵੱਡਿਆਂ ਤੋਂ ਸੁਣ ਕੇ ਕਹਿ ਰਿਹਾ ਹਾਂ ਆਪਣੇ ਪਰਿਵਾਰ ਵਿੱਚ ਜੋ ਮੇਰੇ ਬਜ਼ੁਰਗਾਂ ਨੇ ਮੇਰੇ ਪਿਤਾ ਰਾਏ ਸਿੰਘ ਜੀ ਮੇਰੇ ਨਾਨਾ ਸਰਦਾਰ ਸ਼ਾਮ ਸਿੰਘ ਜੀ ਔਰ ਜਿਹੜੇ ਵੱਡੇ ਵਡੇਰੇ ਸਿੰਘ ਜਿਉਂਦੇ ਸਨ ਉਹਨਾਂ ਤੋਂ ਮੈਂ ਸੁਣ ਕੇ ਕੰਨਾਂ ਨਾਲ ਇਹ ਕਥਾ ਲਿਖ ਰਿਹਾ ਹਾਂ ਔਰ ਪੁਰਾਤਨ ਤੇ ਵੀ ਸੁਣੀ ਹੋਰ ਵੀ ਜਿਹੜੇ ਪੁਰਾਣੇ ਸਿੰਘ ਹੋਏ ਨੇ ਬਜ਼ੁਰਗ ਜਿਨ੍ਹਾਂ ਨੇ ਵੱਡਾ ਘੱਲੂ ਘਾਰਾ ਵੇਖਿਆ ਜਿਨ੍ਹਾਂ ਨੇ ਛੋਟਾ ਘੱਲੂ ਘਾਰਾ ਵੇਖਿਆ ਜਿਨ੍ਹਾਂ ਨੇ ਬੜੇ ਬੜੇ ਮਹਾਨ ਸ਼ਹੀਦੀ ਸਾਕੇ ਜੰਗ ਜੁੱਧ ਆਪਣੀਆਂ ਅੱਖਾਂ ਨਾਲ ਤੱਕੇ ਉਹਨਾਂ ਸਿੰਘਾਂ ਬਜ਼ੁਰਗਾਂ ਤੋਂ ਸੁਣ ਕੇ ਮੈਂ ਲਿਖਦਾ ਹਾਂ ਪੁੱਤੇ ਜੋ ਬਿਰਦ ਸਿੱਖ ਬਹੁ ਗੁਣੀ ਜਿਹੜੇ ਬੜੇ ਬਿਰਦ ਸਨ ਔਰ ਬੜੇ ਗੁਣੀ ਸਿੱਖ ਸਨ ਨਾਮ ਜਪਣ ਵਾਲੇ ਬਾਣੀ ਦੇ ਰਸੀਏ ਸਾਰਾ ਸਾਰਾ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਜ਼ਬਾਨੀ ਯਾਦ ਹੁੰਦਾ ਸੀ ਜਿਨ੍ਹਾਂ ਨੂੰ ਸਾਰਾ ਦਸਮ ਦਾ ਗ੍ਰੰਥ ਸਾਰਾ ਯਾਦ ਹੁੰਦਾ ਸੀ ਜਿਨ੍ਹਾਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਦਾ ਬਹੁਤ ਬੋਧ ਸੀ ਉਹਨਾਂ ਬਜ਼ੁਰਗਾਂ ਸਿੰਘਾਂ ਤੋਂ ਮੈਂ ਸੁਣ ਕੇ ਇਹ ਲਿਖਣ ਲੱਗਾ ਹਾਂ ਸੋ ਮੈਂ ਕਹਾਂ ਜਥਾ ਮਤ ਮਾਹੀ ਜਿੰਨੀ ਮੈਨੂੰ ਮਹਾਰਾਜ ਕਲਗੀਧਰ ਜੀ ਮਤਬੁੱਧੀ ਦੇਣਗੇ ਜਿੰਨੀ ਗੱਲ ਮੇਰੇ ਦਿਮਾਗ ਦੀ ਚੇਤੇ ਆਵੇਗੀ ਸੁਣੀ ਹੋਈ ਮੈਂ ਸੁਣਾਵਾਂਗਾ ਮਾਨ ਤਨ ਪ੍ਰੀਤ ਭਾਉ ਭੈ ਦਾਹੀ ਔਰ ਮਾਨ ਕਰਕੇ ਪ੍ਰੇਮ ਕਰਕੇ ਭਾਵਨਾ ਕਰਕੇ ਇਹ ਕਥਾ ਕਹਾਵਾਂਗਾ ਜਿਹੜੀ ਮਨ ਦੇ ਵਿੱਚੋਂ ਭੈਅ ਡਰ ਨੂੰ ਦੂਰ ਕਰਨ ਵਾਲੀ ਹੈ ਜਿਹ ਬਿਦ ਕਹੀ ਅੰਗੇ ਜਨ ਸੰਗ ਔਰ ਇਹ ਮੈਂ ਕਥਾ ਖਾਲਸੇ ਨੂੰ ਦੱਸ ਰਿਹਾ ਜਿਹੜੀ ਮੈਂ ਪਹਿਲਾਂ ਅੰਗਰੇਜ਼ਾਂ ਨੂੰ ਵੀ ਕਹਿ ਚੁੱਕਾ ਹਾਂ ਅੰਗਰੇਜ਼ਾਂ ਨੂੰ ਕਿਵੇਂ ਕਹੀ ਹੈ ਅੰਗਰੇਜ਼ਾਂ ਨੂੰ ਕਿਉਂ ਕਹੀ ਹੈ ਉਹ ਹੁਣ ਕਵੀ ਜੀ ਦੱਸਣਗੇ ਭਾਈ ਰਤਨ ਸਿੰਘ ਜੀ ਰੱਖੋ ਉਹ ਥਾਨ ਕਾ ਸੋ ਉ ਪ੍ਰਸੰਗ ਪਹਿਲਾ ਉਹ ਗੱਲ ਦੱਸਦਿਆਂ ਵੀ ਮੈਨੂੰ ਅੰਗਰੇਜ਼ਾਂ ਨਾਲ ਗੱਲ ਕਿਉਂ ਕਰਨੀ ਪਈ ਅੰਗਰੇਜ਼ਾਂ ਨੂੰ ਕਿਉਂ ਸਿੱਖਾਂ ਦਾ ਇਤਿਹਾਸ ਸੁਣਾਣਾ ਪਿਆ ਉਹ ਸਾਰੀ ਗੱਲ ਬੜੀ ਬਰੀਕ ਤੇ ਬਹੁਤ ਜ਼ਰੂਰੀ ਯਾਦ ਰੱਖਣ ਵਾਲੀ ਆ ਅੱਜ ਦੇ ਸਿੱਖ ਬੱਚਿਆਂ ਨੂੰ ਇਹ ਗੱਲ ਚੇਤੇ ਨਹੀਂ ਹੈ ਵੀ ਸਾਡਾ ਇਤਿਹਾਸ ਕਰੀ ਅੰਗਰੇਜ਼ਾਂ ਨੇ ਵੀ ਪੁੱਛਿਆ ਸੀ ਸਾਡੇ ਬਾਰੇ ਅੰਗਰੇਜ਼ਾਂ ਨੇ ਪੂਰੀ ਜਾਣਕਾਰੀ ਮੰਗੀ ਸੀ ਇੰਗਲੈਂਡ ਦੀ ਮਹਾਰਾਣੀ ਨੇ ਉਹ ਗੱਲ ਜਿਹੜੀ ਹੈ ਮੈਂ ਹੁਣ ਦੱਸਦਾ ਹਾਂ ਹੋ ਤੋ ਟਬਾਈ ਫ੍ਰਾਂਸੀਸ ਫਿਰੰਗੀ ਖਾਲਸਾ ਜੀ ਤੁਹਾਨੂੰ ਪਤਾ ਹੋਣਾ ਵੀ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਪਹਿਲਾਂ ਸਭ ਤੋਂ ਗਏ ਨੇ ਪੁਰਤਗਾਲੀ ਵਾਸਕੋ ਡੀ ਗਾਮਾ 1469 ਚ ਪਹੁੰਚਿਆ ਜਿਸ ਸਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਹੋਇਆ ਪੁਰਤਗਾਲ ਤੋਂ ਉਹਨਾਂ ਤੋਂ ਬਾਅਦ ਗਏ ਨੇ ਫਰਾਂਸੀਸੀ ਫਰਾਂਸੀਸੀਆਂ ਤੋਂ ਬਾਅਦ ਗਏ ਨੇ ਅੰਗਰੇਜ਼ ਇੰਡੀਆ ਵਿੱਚ ਉਹ ਪਹਿਲਾਂ ਗਏ ਨੇ ਕਲਕੱਤੇ ਵਾਲੇ ਪਾਸੇ ਬੰਬੇ ਵਾਲੇ ਪਾਸੇ ਜਿਹੜੀਆਂ ਬੰਦਰਗਾਹਾਂ ਨੇ ਉਧਰ ਉਹਨਾਂ ਨੇ ਜਾ ਕੇ ਕਈ ਲੜਾਈਆਂ ਵੀ ਲੜੀਆਂ ਨੇ ਪਹਿਲਾਂ ਉਹਨਾਂ ਨੇ ਕੰਪਨੀ ਬਣਾਈ ਕੰਪਨੀ ਬਣਾਈ ਈਸਟ ਇੰਡੀਆ ਕੰਪਨੀ ਉਸ ਕੰਪਨੀ ਦੇ ਦਾਅ ਤੇ ਉਹਨਾਂ ਨੇ ਵਪਾਰ ਕੀਤਾ ਵਪਾਰ ਕਰਕੇ ਫਿਰ ਉਹਨਾਂ ਨੇ ਨਾ ਸਾਡੇ ਰਾਜਿਆਂ ਨੂੰ ਕਰਜ਼ੇ ਦਿੱਤੇ ਕਰਜ਼ਾਈ ਕਰਕੇ ਫਿਰ ਹੌਲੇ ਹੌਲੇ ਉਹਨਾਂ ਤੋਂ रियासतਾਂ ਦਾ ਉਹ ਲਿਖਵਾਉਂਦੇ ਰਹੇ ਜਿਵੇਂ ਕਿਸੇ ਨੂੰ ਕਰਜ਼ਾ ਦਈਏ ਤੇ ਉਹਦੀ ਜਾਇਦਾਦ ਲਿਖਾ ਲਈਦੀ ਹੈ ਉਹ ਲਿਖਵਾ ਲਿਖਵਾ ਕੇ ਹਿੰਦੁਸਤਾਨ ਦੇ ਰਾਜਿਆਂ ਦੀਆਂ रियासतਾਂ ਤੇ ਕਬਜ਼ੇ ਕਰਦੇ ਰਹੇ ਕਬਜ਼ੇ ਕਰ ਕਰਕੇ ਉਹਨਾਂ ਨੇ ਫੌਜਾਂ ਬਣਾਈਆਂ ਉੱਥੇ ਦੀ ਸਿਪਾਈ ਭਰਤੀ ਕਰ ਲੈਂਦੇ ਸੀ ਤੇ ਉਹਨਾਂ ਨੂੰ ਆਪਣੀ ਵਰਦੀ ਪਵਾ ਕੇ ਆਪਣੇ ਰੰਗ ਢੰਗ ਦਾਸ ਕੇ ਆਪਣੇ ਅਧੀਨ ਕਰਕੇ ਰੱਖਦੇ ਸੀ ਅੰਗਰੇਜ਼ਾਂ ਕੋਲ ਤੇ ਫ੍ਰਾਂਸੀਸੀਆਂ ਕੋਲ ਫੌਜ ਜਿਹੜੀ ਫ੍ਰਾਂਸ ਦੀ ਤੇ ਅੰਗਰੇਜ਼ ਦੀ ਸੀ ਘੱਟ ਸੀਗੀ ਹਿੰਦੁਸਤਾਨ ਦੀ ਜ਼ਿਆਦਾ ਸੀਗੀ ਉਹਨਾਂ ਨੂੰ ਭਰਤੀ ਕਰ ਲੈਂਦੇ ਇੱਥੋਂ ਵੀ ਲੈ ਜਾਂਦੇ ਸੀ ਇੰਗਲੈਂਡ ਤੋਂ ਵੀ ਗਏ ਸੀ ਫੌਜੀ ਫ੍ਰਾਂਸੀਸ ਤੋਂ ਵੀ ਗਏ ਸੀ ਪਹਿਲੀ ਪਹਿਲਾਂ ਗਏ ਨੇ ਫ੍ਰਾਂਸੀਸੀ ਫੇਰ ਗਏ ਨੇ ਅੰਗਰੇਜ਼ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਹੁਤੋ ਢਬਾਈ ਫ੍ਰਾਂਸੀਸ ਫਿਰੰਗੀ ਇੱਕ ਢਬਾਈ ਨਾਮ ਦਾ ਅਸਲੀ ਤਾਂ ਉਹਦਾ ਨਾਮ ਸੀ ਡੁਬੋਈ ਪੰਜਾਬੀ ਚ ਨਿਹੰਗ ਸਿੰਘਾਂ ਦੀ ਬੋਲੀ ਡਬਾਈ ਕਹਿ ਦਿੱਤਾ ਭਾਈ ਰਤਨ ਸਿੰਘ ਹੋਰਾਂ ਨੇ ਹੈਸ ਯੂ ਡਬੋਈ ਉਹ ਡਬੋਈ ਜਿਹੜਾ ਸੀਗਾ ਫਰਾਂਸੀਸ ਦਾ ਫਰੰਗੀ ਉਹਨੇ ਜਾ ਕੇ ਇੱਕ ਛੋਟੀ ਜੀ ਕੰਪਨੀ ਬਣਾਈ ਸੀ ਫੌਜ ਦੀ ਮਰਹਟਾਣ ਨੌਕਰ ਰੱਖਿਓ ਸੋ ਜੰਗੀ ਉਹ ਜਿਹੜਾ ਡਬਾਈ ਸੀ ਨਾ ਉਹ ਬੜਾ ਜੰਗੀ ਜਰਨਲ ਸੀ ਤੇ ਮਰਟਿਆਂ ਨੂੰ ਉਹ ਜਾ ਕੇ ਮਿਲਿਆ ਤੇ ਮਰੱਟਿਆਂ ਨੇ ਉਹਨੂੰ ਆਪਣੀ ਫੌਜ ਚ ਭਰਤੀ ਕਰ ਲਿਆ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਜਰਨਲ ਵੈਂਤੂਰਾ ਤੇ ਜਰਨਲ ਅਲਾਰਡ ਭਰਤੀ ਕੀਤੇ ਸੀ ਇਹ ਆਪਣੇ ਸਿੱਖਾਂ ਵਿੱਚ ਵੀ ਰਹੇ ਨੇ ਵੈਂਤੂਰਾ ਫ੍ਰਾਂਸੀਸ ਦਾ ਸੀ ਅਲਾਰਡ ਅਮਰੀਕਾ ਦਾ ਸੀ ਇਹ ਦੋਵੇਂ ਜਰਨਲ ਬੜੇ ਵੱਡੇ ਜੰਗੀ ਜਰਨਲ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਫੌਜ ਚ ਵੀ ਰੱਖੇ ਉਸ ਤੋਂ ਪਹਿਲਾਂ ਇਹ ਜਿਹੜੇ ਸੀਗੇ ਇਹ ਮਰੱਟਿਆਂ ਕੋਲ ਵੀ ਨੌਕਰੀਆਂ ਕਰਦੇ ਹੁੰਦੇ ਸੀਗੇ ਡੁਭਾਈ ਜਿਹੜਾ ਸੀਗਾ ਬੜਾ ਵੱਡਾ ਜਰਨਲ ਫੌਜੀ ਜਰਨੈਲ ਉਹ ਮਰਾਟਿਆਂ ਦੇ ਨਾਲ ਮਹਾਰਾਸ਼ਟਰ ਦੇ ਮਰਾਟਿਆਂ ਦੇ ਨਾਲ ਫੌਜੀ ਜਰਨੈਲ ਸੀ ਇੱਕ ਕੰਪ ਤਿਸ ਸਪੁਰਦ ਕਰ ਦਇਓ ਮਰਾਟਿਆਂ ਨੇ ਉਹਨੂੰ ਇੱਕ ਫੌਜ ਦੀ ਕੰਪਨੀ ਦਿੱਤੀ ਹੋਈ ਸੀ ਇੱਕ ਕੈਂਪ ਦਿੱਤਾ ਹੋਇਆ ਸੀ ਜਿਹਦੇ ਵਿੱਚ ਉਹ ਆਪਣੀ ਫੌਜ ਲੈ ਕੇ ਰਹਿੰਦਾ ਸੀ ਬਹੁਤ ਬਰਸ ਸੋ ਚਾਕਰ ਰਹਿਓ ਲਗਭਗ 30-40 ਸਾਲ ਡਬੋਈ ਨੇ ਉਹ ਨੌਕਰੀ ਕੀਤੀ ਉਹਦੀ ਅੰਗ ਮਰਾਟਿਆਂ ਦੀ ਮਹਾਰਟਿਆਂ ਨੇ ਉਹਨੂੰ ਆਪਣੇ ਵਾਸਤੇ ਵਰਤਿਆ ਜਿੱਥੇ-ਜਿੱਥੇ ਜੰਗਾਂ ਜੁਦਾਂ ਹੁੰਦੀਆਂ ਸੀ ਉਹ ਡੁਬੋਈ ਅੱਗੇ ਹੋ ਕੇ ਲੜਿਆ ਕਰਦਾ ਸੀ ਫ੍ਰਾਂਸੀਸੀ ਜਰਨੈਲ ਭਇਓ ਬੁੱਢੋ ਤਉ ਤੱਕਿਓ ਵਤਨ ਜਦੋਂ ਡੁਬੋਈ ਬੁੱਢਾ ਹੋ ਗਿਆ ਤੇ ਉਹ ਫ੍ਰਾਂਸ ਨੂੰ ਵਾਪਸ ਜਾਣ ਲੱਗਾ ਤੁਰਿਓ ਬੇਚ ਸਭ ਆਪਨ ਜਤਨ ਉਹਨੇ ਆਪਣਾ ਘਰਬਾਰ ਦਾ ਜੋ ਸਮਾਨ ਸੌਦਾ ਸੀ ਵੇਚ ਦਿੱਤਾ ਸਾਰਾ ਕੁਝ ਵੇਚ ਵਟ ਕੇ ਆਪਣੇ ਕੋਲ ਜੋ ਪੈਸੇ ਬਚੇ ਉਹ ਲੈ ਕੇ ਫ੍ਰਾਂਸ ਨੂੰ ਪਰਤ ਗਿਆ ਪੀਰੋ ਭੈਣ ਜਾਇਓ ਉਸ ਆਹੇ ਉਹਦਾ ਇੱਕ ਪਣੇਵਾ ਸੀ ਭੈਣ ਜਾਇਓ ਦਾ ਮਤਲਬ ਹੈ ਭੈਣ ਦਾ ਜਾਇਆ ਹੋਇਆ ਪਣੇਵਾ ਭਾਣ ਜਾ ਉਹਦਾ ਨਾਮ ਸੀ ਪੀਰੋ ਪੀਰੋ ਕਰਕੇ ਉਹਦਾ ਨਾਮ ਸੀ ਉਹ ਵੀ ਫ੍ਰਾਂਸੀਸੀ ਸੀ ਕਿਉਂਕਿ ਉਹ ਟਬੋਈ ਦਾ ਹੀ ਪਣੇਵਾ ਸੀਗਾ ਉਹਨੇ ਆਪਣੇ ਮਾਮੇ ਦੀ ਥਾਂ ਤੇ ਨੌਕਰੀ ਲੈ ਲਈ ਬਾਕੀ ਸੌਂਪ ਗਇਓ ਉਸ ਯਾਹੇ ਮਾਮਾ ਆਪਣਾ ਸਾਰਾ ਕੁਝ ਉਹਨੂੰ ਹੀ ਸੌਂਪ ਗਿਆ ਵੀ ਤੂੰ ਮੇਰਾ ਭਾਣ ਜਾਏ ਤੂੰ ਨੌਕਰੀ ਕਰੀ ਜਾ ਮੈਂ ਹੁਣ ਬੁੱਢਾ ਹੋ ਗਿਆ ਮੈਂ ਆਪਣੇ ਮੁਲਕ ਜਾ ਕੇ ਮਰਾਂਗਾ ਫਰਾਂਸੀਸ ਫਰਾਂਸ ਵਿੱਚ ਆਪਣੇ ਭਾਣ ਜੇ ਪੀਰੋ ਨੂਟਬੋਈ ਨੇ ਆਪਣਾ ਜੋ ਵੀ ਸੀ ਬਚਿਆ ਖੂਚਿਆ ਸਾਰਾ ਸਮਾਨ ਸੌਂਪ ਕੇ ਤੇ ਆ ਫਰਾਂਸ ਨੂੰ ਚਾਲੇ ਪਾ ਦਿੱਤੇ ਦੋਹਰਾ ਸੋ ਪੀਰੋ ਇੱਕ ਕੰਪੂ ਆ ਔਰ ਕੀਏ ਤਿੰਨ ਚਾਰ ਉਹ ਜਿਹੜਾ ਪੀਰੋ ਸੀ ਨਭੋਈ ਦਾ ਭਾਣ ਜਾ ਉਹ ਵੀ ਬੜਾ ਦਲੇਰ ਸੀਗਾ ਤੇ ਚੰਗਾ ਪੜਿਆ ਲਿਖਿਆ ਸੀ ਉਹਨੇ ਆਪਣੀ ਲਿਆਕਤ ਦੇ ਨਾਲ ਇੱਕ ਕੰਪਨੀ ਦੀ ਥਾਂ ਦੇ ਤਿੰਨ ਚਾਰ ਕੰਪਨੀਆਂ ਫੌਜ ਦੀਆਂ ਬਣਾ ਲਈਆਂ ਤਿੰਨ ਚਾਰ ਉਹਨੇ ਇੱਕ ਮਿਸਲਾ ਬਣਾ ਲਈਆਂ ਫੌਜੀ ਜੰਗੀ ਜੰਗ ਕਰਨ ਵਾਲੀਆਂ ਹਾਂਜੀ ਦਿੱਲੀ ਅਤੇ ਆਗਰੋ ਗੰਗ ਬੇਚ ਬਹਿ ਉਮਾਰ ਉਹਨੇ ਇਲਾਕਾ ਮਾਲ ਲਿਆ ਦਿੱਲੀ ਤੇ ਆਗਰੇ ਦੇ ਵਿੱਚਕਾਰਲਾ ਇਲਾਕਾ ਤੇ ਗੰਗ ਦੁਆਬ ਦਾ ਇਲਾਕਾ ਜਿਹੜਾ ਇਧਰ ਬਰੇਲੀ ਵਾਲੇ ਪਾਸੇ ਜਾ ਕੇ ਸਾਰਾ ਇਲਾਕਾ ਉਹਨੇ ਕਬਜ਼ੇ ਕਰ ਲਿਆ ਕਾਫੀ ਦੂਰ ਤੱਕ ਉਹਨੇ ਮਾਰ ਮਾਰੀ ਮਰਟਿਆਂ ਦੇ ਥੱਲੇ ਰਹਿ ਕੇ ਹਾਂਜੀ ਚਾਉ ਪਈ ਮਰ ਹਟਣ ਕੋ ਤਬ ਸੰਸੋ ਪਇਓ ਜਦੋਂ ਉਹਨੇ ਬਹੁਤ ਤਰੱਕੀ ਕਰ ਲਈ ਤੇ ਇਲਾਕਿਆਂ ਦੇ ਕਬਜ਼ੇ ਕਰਨ ਲੱਗ ਪਿਆ ਤੇ ਮਰੱਟਿਆਂ ਨੂੰ ਸ਼ੱਕ ਪੈ ਗਿਆ ਚਾਹੇ ਮੁਲਕ ਉਸੈ ਤੇ ਲਇਓ ਮਰੱਟਿਆਂ ਨੂੰ ਇਹ ਸ਼ੱਕ ਪੈ ਗਿਆ ਵੀ ਇਹ ਕਿਤੇ ਸਾਨੂੰ ਹੀ ਨਾ ਹੋਰ ਰੰਗ ਬੁਖਾ ਦੇਵੇ ਸਾਡਾ ਹੀ ਸਾਡਾ ਜਰਨੈਲ ਕਿਤੇ ਸਾਡੇ ਤੇ ਹੀ ਭਾਰੂ ਨਾ ਪੈ ਜਾਵੇ ਇਹ ਤਿੰਨ ਚਾਰ ਕੰਪਨੀਆਂ ਬਣਾ ਬੈਠਾ ਇਹ ਇਲਾਕੇ ਮੱਲਣ ਲੱਗ ਪਿਆ ਕਿਤੇ ਸਾਡੇ ਤੋਂ ਖਿਸਕ ਨਾ ਜਾਵੇ ਮਰੱਟਿਆਂ ਨੇ ਵਾਪਸ ਉਹਦੀ ਤਾਕਤ ਖੋਣੀ ਸ਼ੁਰੂ ਕਰ ਦਿੱਤੀ ਪੀਰੂ ਮਨਸੂਬੋ ਠਹਿਰਯੋ ਪੀਰੂ ਬੜਾ ਚਲਾਕ ਸੀ ਮਰੱਟਿਆਂ ਦੀ ਚਾਲ ਸਮਝ ਗਿਆ ਵੇਚ ਦੇਸ ਅਗਰੇ ਅੰਗਰੇਜ਼ਨ ਦੇ ਗਯੋ ਉਹ ਪੀਰੂ ਵਾਪਸ ਫਰਾਂਸ ਨੂੰ ਜਾਣ ਲੱਗਾ ਵੀ ਇੱਥੇ ਤੇ ਹੁਣ ਮਰੱਟਿਆਂ ਨਾਲ ਮੇਰੀ ਦਾਲ ਗਲ ਨਹੀਂ ਕੋਈ ਨਹੀਂ ਮੇਰੇ ਤੋਂ ਤਾਕਤਵਰ ਨੇ ਤੇ ਇਹ ਮੇਰੇ ਤੋਂ ਖੋ ਰਹੇ ਨੇ ਤਾਕਤ ਪੀਰੂ ਆਪਣਾ ਇਲਾਕਾ ਜਿਹੜਾ ਸੀ ਨਾ ਜਿੰਨਾ ਕੋਨੇ ਮੱਲਿਆ ਸੀ ਉਹ ਅੰਗਰੇਜ਼ਾਂ ਨੂੰ ਵੇਚ ਗਿਆ ਹੁਣ ਸੁਣੋ ਵੀ ਅੰਗਰੇਜ਼ ਕਿਵੇਂ ਦਿੱਲੀ 'ਚ ਵੜੇ ਆ ਆਮ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਹੈ ਵੀ ਦਿੱਲੀ ਦੇ ਅੰਗਰੇਜ਼ਾਂ ਨੇ ਕਿਵੇਂ ਕਬਜ਼ਾ ਕੀਤਾ ਹੈ ਕਿਵੇਂ ਅੰਗਰੇਜ਼ ਆਏ ਨੇ ਕਿਵੇਂ ਉਹਨਾਂ ਦੀ ਕੰਪਨੀ ਬਣੀ ਪਹਿਲਾਂ ਫ੍ਰਾਂਸੀਸੀ ਤਾਕਤ ਵਿੱਚ ਸੀਗੇ ਅੰਗਰੇਜ਼ਾਂ ਦੀ ਇੰਨੀ ਤਾਕਤ ਨਹੀਂ ਸੀ ਉਹ ਕਲਕੱਤੇ ਬੈਠੇ ਹੋਏ ਸਨ ਥੋੜਾ ਥੋੜਾ ਉਹ ਵਪਾਰ ਉਹ ਪੂਰ ਕਰਦੇ ਸੀ ਥੋੜੀਆਂ ਮਾਰਾਂ ਮਾਰਦੇ ਸੀ ਫ੍ਰਾਂਸੀਸ ਦਾ ਜਿਹੜਾ ਪੀਰੋ ਡਬੋਈ ਦਾ ਭਾਣ ਜਾ ਉਹ ਇਹਨਾਂ ਨੂੰ ਤਾਕਤ ਦੇ ਗਿਆ ਉਹ ਕਹਿੰਦਾ ਜਿੰਨਾ ਕੁਝ ਮੇਰੇ ਕੋਲ ਤੁਸੀਂ ਸਾਂਭੋ ਮੈਂ ਰਟਿਆਂ ਨੂੰ ਨਹੀਂ ਦੇਣਾ ਮਰਾਟੇ ਮੇਰੇ ਮਾਲਕ ਨੇ ਪਰ ਇਹ ਹੁਣ ਮੇਰੇ ਨਾਲ ਧੋਖਾ ਕਰਨ ਲੱਗੇ ਮੈਂ ਇਹਨਾਂ ਵਾਸਤੇ ਕੰਮ ਕਰਦਾ ਰਿਆ ਇਹ ਹੁਣ ਮੇਰੀ ਤਾਕਤ ਖੋਣ ਲੱਗੇ ਆ ਉਹਨੇ ਆਪਣੀ ਤਾਕਤ ਬਣੀ ਬਣਾਈ ਜਿੰਨੀ ਰਿਆਸਤ ਸੀਗੀ ਉਹ ਮਰਾਟਿਆਂ ਦੀ ਥਾਂ ਤੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੀ ਸੈ 1860 ਸਾਲ 1860 1860 ਇਹ ਬਿਕਰਮੀ ਹੈ 1860 ਬਿਕਰਮੀ ਹੈ ਇਹਦੇ ਵਿੱਚੋਂ 57 ਦਿਓ ਕੱਢ ਤੇ 1803 ਬਣਦੇ ਆ 1803 ਈਸਵੀ ਜਦੋਂ ਇਧਰ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿਰਫ 4 ਸਾਲ ਜਾਂ 3 ਸਾਲ ਹੀ ਹੋਏ ਸਨ ਸਮਝ ਲਓ ਇਹ ਉਦੋਂ ਦੀ ਗੱਲ ਹੈ ਹਾਂਜੀ ਗयो ਮਰ ਹਟਣ ਕੋ ਵਹੋ ਗਾਲ ਉਹ ਮਰਟਿਆਂ ਦਾ ਬੇੜਾ ਗਰ ਕਰਕੇ ਚਲਾ ਗਿਆ ਮਰਟਿਆਂ ਨੂੰ ਗਾਲ ਗਿਆ ਨਹੀਂ ਨਹੀਂ ਤੇ ਖਾਲਸਾ ਜੀ ਮਰੱਟਿਆਂ ਦਾ ਕਬਜ਼ਾ ਹੋਣਾ ਸੀ ਦਿੱਲੀ ਤੇ ਸਿੱਖਾਂ ਦੇ ਮਰੱਟਿਆਂ ਦੀਆਂ ਲੜਾਈਆਂ ਹੋਣੀਆਂ ਸਨ ਹੋਈਆਂ ਵੀ ਨੇ ਅੰਬਾਲੇ ਦੇ ਕੋਲ ਸ਼ੰਭੂ ਸਟੇਸ਼ਨ ਹੈ ਨਾ ਜਿਹੜਾ ਉਹਦੇ ਲਾਗੇ ਮਰਦਾਪੁਰ ਪਿੰਡ ਆ ਉੱਥੇ ਮਰੱਟਿਆਂ ਦੀ ਤੇ ਮਹਾਰਾਜਾ ਪਟਿਆਲਾ ਦੇ ਰਾਜੇ ਸਾਹਿਬ ਸਿੰਘ ਦੀ ਭੈਣ ਰਾਣੀ ਸਾਹਿਬ ਕੌਰ ਦੀ جنگ ਹੋਈ 1793 ਵਿੱਚ ਯਾਨੀ ਇਸ ਘਟਨਾ ਤੋਂ 10 ਸਾਲ ਪਹਿਲਾਂ ਬੜੀ ਕਰੜੀ ਜੰਗ ਹੋਈ ਮਰਾਟੇ ਲਗਭਗ 1.5 2 ਲੱਖ ਫੌਜ ਲੈ ਕੇ ਆਏ ਸੀ ਪੰਜਾਬ ਨੂੰ ਬਰਬਾਦ ਕਰਨ ਲਈ ਪਰ ਰਾਣੀ ਸਾਹਿਬ ਕੌਰ ਬੜੀ ਮਰਦਾਂ ਤਰ੍ਹਾਂ ਉੱਥੇ ਲੜੀ ਸੀ ਤੇ ਉਹਨੇ ਫੌਜ ਨੂੰ ਭਜਾਇਆ ਸੀ ਮਰਾਟਿਆਂ ਦੀ ਨੂੰ ਸੋ ਉਹ ਮਰਾਟਿਆਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਸਿੱਖਾਂ ਨਾਲ ਵੀ ਟੱਕਰ ਹੋਣੀ ਸੀ ਔਰ ਪਹਿਲਾਂ ਹੁੰਦੀ ਵੀ ਰਹੀ ਹੈ ਮਿਸਲਾਂ ਦੇ ਨਾਲ ਪਰ ਭਾਣਾ ਉਹ ਹੁੰਦਾ ਪਰਮੇਸ਼ਰ ਨੂੰ ਜੋ ਮਨਜ਼ੂਰ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਅੰਗਰੇਜ਼ਾਂ ਦਾ ਉਥੇ ਰਾਜ ਕਰਾ ਗਿਆ ਤੇ ਮਰਟਿਆਂ ਦਾ ਬੇੜਾ ਘਰ ਕਰਕੇ ਪੀਰੂ ਵਾਪਸ ਫਰਾਂਸ ਚਲਾ ਗਿਆ ਹਾਂਜੀ ਲਇਓ ਮੁਲਕ ਅੰਗਰੇਜ਼ਨ ਰੋਕ ਇਸ ਤਰ੍ਹਾਂ ਦਿੱਲੀ ਦੇ ਉੱਤੇ ਤੇ ਆਲੇ ਦੁਆਲੇ ਮੁਲਕ ਦੇ ਉੱਤੇ ਆਗਰਾ ਦਾ ਇਲਾਕਾ ਦਿੱਲੀ ਦਾ ਇਲਾਕਾ ਕਿਥੋਂ ਤੱਕ ਵੀ ਕਹਿ ਲਓ ਵੀ ਘੱਗਰ ਤੱਕ ਦਾ ਇਲਾਕਾ ਜਿਹੜਾ ਹੈ ਇਹ ਅੰਗਰੇਜ਼ਾਂ ਦੇ ਪਹਿਰੇ ਵਿੱਚ ਆ ਗਿਆ 1803 ਵਿੱਚ ਹਾਂਜੀ ਮਰਹਟਨ ਕੈ ਘਰ ਪਰ ਗਇਓ ਸ਼ੋਕ ਮਰਹਟਿਆਂ ਨੂੰ ਬੜਾ ਦੁੱਖ ਹੋਇਆ ਬੜਾ ਸ਼ੋਕ ਹੋਇਆ ਹੱਥ ਮੜਦੇ ਰਹਿ ਗਏ ਵਿਚਾਰੇ ਵੀ ਸਾਡਾ ਹੀ ਜਰਨੈਲ ਸਾਨੂੰ ਹੀ ਲਾ ਗਿਆ ਅੰਗਰੇਜ਼ਾਂ ਦੇ ਥੱਲੇ ਸਾਰਾ ਕੁਝ ਖੋ ਕੇ ਅੰਗਰੇਜ਼ਾਂ ਨੂੰ ਦੇ ਗਿਆ ਸੋ ਬੜੀ ਸੋਚਾਂ ਚ ਪਈ ਅੰਗਰੇਜ਼ ਮਰਹਟਿਆਂ ਦੀ ਫੌਜ ਹਾਂਜੀ ਦਿੱਲੀ ਆਏ ਵੜਿਓ ਕਰਨੈਲ ਤੇ ਉਹਨਾਂ ਦਾ ਜਿਹੜਾ ਜਰਨਲ ਸੀ ਨਾ ਅੰਗਰੇਜ਼ਾਂ ਦਾ ਉਹਦਾ ਨਾਮ ਸੀ ਮਿਸਟਰ ਆਫਟਰ ਲੋਨੀ ਆਫਟਰ ਲੋਨੀ ਕਰਨਲ ਉਹ ਦਿੱਲੀ ਦੇ ਵਿੱਚ ਆ ਬਣਿਆ 1803 ਦੇ ਵਿੱਚ ਲੋਨੀ ਅਖਤਰ ਜੋਕਰ ਜਰਨੈਲ ਉਸ ਜਰਨੈਲ ਦਾ ਨਾਮ ਆਫਟਰ ਲੋਨੀ ਆਮ ਪੰਜਾਬੀ ਚ ਉਹਨੂੰ ਲੋਨੀ ਅਖਤਰ ਹੀ ਕਹਿ ਦਿੰਦੇ ਨੇ ਹਾਂਜੀ ਸਿੰਘਾਂ ਘੇਰ ਲਈ ਚੜ ਦਿੱਲੀ ਇਧਰੋਂ ਖਾਲਸੇ ਨੇ ਦਿੱਲੀ ਨੂੰ ਜਾ ਕੇ ਰੱਪਾਇਆ ਸਿੰਘਾਂ ਘੇਰ ਲਈ ਚੜ ਦਿੱਲੀ ਬਾਬਾ ਬਘੇਲ ਸਿੰਘ ਜੀ ਜ਼ਹੇਦਾਰ ਬਾਬਾ ਜਸਾ ਸਿੰਘ ਜੀ ਕਈ ਵਾਰ ਦਿੱਲੀ ਨੂੰ ਘੇਰਾ ਪਾਇਆ ਸਾਲ ਪਿੱਛੋਂ ਜਾ ਕੇ ਦਿੱਲੀ ਤੇ ਕਬਜ਼ਾ ਕਰ ਲੈਂਦੇ ਸੀ ਤੇ ਉਹਨੇ ਨੂੰ ਹੋਲਾ ਮੱਲਾ ਆ ਜਾਂਦਾ ਸੀਗਾ ਤੇ ਸਿੰਘਾਂ ਦਾ ਖਣਾ ਹੋਲਾ ਮੱਲਾ ਦੇ ਸਾਲ ਪਿੱਛੋਂ ਆਉਣਾ ਦਿੱਲੀ ਤੇ ਆਪਾਂ ਫੇਰ ਮਾਰ ਲਾਂਗੇ ਕਹਿੰਦੇ ਆਖੋ ਸ੍ਰੀ ਵਾਹਿਗੁਰੂ ਕਿਹੋ ਜਿਹਾ ਸਿੰਘ ਸੀਗੇ ਕਹਿੰਦੇ ਜਿਹੋ ਜੀ ਬਿੱਲੀ ਮਾਰੀ ਉਹੋ ਜੀ ਦਿੱਲੀ ਮਾਰੀ ਇਹ ਕਿਹੜੀ ਵੱਡੀ ਗੱਲ ਆ ਆ ਚਲੋ ਹੋਲਾ ਮੱਲਾ ਮਨਾ ਕੇ ਫੇਰ ਆ ਜਾਵਾਂਗੇ ਇਦਾਂ ਸਿੰਘ ਵਾਪਸ ਆ ਜਾਂਦੇ ਸੀ ਰਾਤ ਛੱਡ ਕੇ ਫੇਰ ਜਾ ਕੇ ਦਿੰਲੀ ਮਾਰ ਲੈਂਦੇ ਸੀ ਇਤਦਾ ਸਿੰਘਾਂ ਦਾ ਬੋਲਬਾਲਾ ਸੀ ਉਸ ਵੇਲੇ ਤੇ ਜ세ਦਾਰ ਬਘੇਲ ਸਿੰਘ ਜੀ ਛਲੋਦੀ ਕਰਨਾਲ ਦੇ ਲਾਗੇ ਬੈਠੇ ਹੋਏ ਸੀ ਕਰੋੜ ਸਿੰਘ ਜੀ ਹਮਿਸਲ ਦੇ ਜਦੋਂ ਲੋੜ ਪੈਂਦੀ ਸੀ ਦਿੱਲੀ ਦੇ ਬਾਦਸ਼ਾਹ ਨੂੰ ਡਰਾ ਲੈਂਦੇ ਸੀ ਨਜ਼ਰਾਨਾ ਲੈ ਲੈਂਦੇ ਸੀ ਵੀ ਸਿੰਘ ਆ ਰਹੇ ਨੇ ਮੈਨੂੰ ਦੇ ਦੇ ਤੈਨੂੰ ਮੈਂ ਸਿੰਘਾਂ ਨੂੰ ਠੰਡਾ ਕਰ ਦੇਣਾ ਬਾਦਸ਼ਾਹ ਡਰਦਾ ਮਹਾਰਾਜਾ ਸਿੰਘ ਬਘੇਲ ਸਿੰਘ ਨੂੰ ਰਸਤਾ ਬਸਤਾ ਦੇ ਕੇ ਠੰਡਾ ਕਰ ਦਿੰਦਾ ਸੀ ਬਘੇਲ ਸਿੰਘ ਸਿੰਘਾਂ ਨੂੰ ਕਹਿੰਦਾ ਸੀ ਕੋਈ ਨਹੀਂ ਸ਼ਾਂਤ ਰੋ ਦੋ ਘੰਨੇ ਲੰਘਦੇ ਸੀ ਫੇਰ ਬਘੇਲ ਸਿੰਘ ਸਿੰਘਾਂ ਨੂੰ ਬੁਲਾਉਣ ਦਾ ਧਮਕੀ ਦੇ ਦਿੰਦਾ ਸੀ ਵੀ ਸਿੰਘ ਆ ਰਹੇ ਨੇ ਰਸਤਾ ਬਸਤਾ ਦੇ ਦੇ ਖਾਲਸੇ ਨੂੰ ਉਦੋਂ ਹੀ ਗੁਰਦੁਆਰਾ ਸੀਸਗਾਂਝ ਬੰਗਲਾ ਸਾਹਿਬ ਸਾਰੇ ਗੁਰਦੁਆਰੇ ਬਣਾਏ ਸੀ ਕਿ ਕਥਾ ਆਉਣੀ ਹੈ ਪੰਥ ਪ੍ਰਕਾਸ਼ ਵਿੱਚ ਸੋ ਇਹ ਉਸ ਸਮੇਂ ਦਾ ਵਾਕਿਆ ਜਦੋਂ ਅੰਗਰੇਜ਼ ਮੁਰੱਟੇ ਫਰਾਂਸੀ ਤੇ ਸਿੱਖ ਤੇ ਮੁਸਲਮਾਨ ਸਾਰੀਆਂ ਤਾਕਤਾਂ ਆਪਸ ਵਿੱਚ ਇਸ ਤਾਕ ਵਿੱਚ ਵੀ ਸਾਡਾ ਰਾਜ ਹੋ ਜਾਏ ਸਾਡਾ ਹੋ ਜਾਏ ਮਰਾ ਟੈਕਨਸੀ ਸਾਡਾ ਹੋ ਜੇ ਸਿੱਖ ਕਹਿੰਦੇ ਸੀ ਸਾਡਾ ਦਿੱਲੀ ਦੇ ਕਬਜਾ ਹੋ ਜੇ ਅੰਗਰੇਜ਼ ਕਹਿੰਦੇ ਸਾਡਾ ਹੋ ਜੇ ਤੇ ਇਸ ਤਰ੍ਹਾਂ ਸਾਰੀਆਂ ਤਾਕਤਾਂ ਆਪਸ ਗੁੱਥਮ ਗੁੱਥਾ ਹੋ ਰਹੀਆਂ ਸਾਨ ਇਹ ਉਸ ਵੇਲੇ ਦੀ ਗੱਲ ਹੈ ਹਾਂਜੀ ਗੱਲ ਅੰਗਰੇਜ਼ਨ ਕਰਦੇ ਈ ਢਿੱਲੀ ਕਹਿੰਦੇ ਸਿੰਘਾਂ ਨੇ ਜਾ ਕੇ ਅੰਗਰੇਜ਼ਾਂ ਦੀ ਗੱਲ ਢਿੱਲੀ ਪਾਤੀ ਅੰਗਰੇਜ਼ ਦੇ ਵਿਚਾਰੇ ਨਵੇਂ-ਨਵੇਂ ਸ਼ੌਂਕ ਨਾਲ ਮੁੱਛਾਂ ਨੂੰ ਤਾ ਦੇ ਕੇ ਆਏ ਸੀ ਦਿੱਲੀ ਵੀ ਰਾਜ ਕਰਾਂਗੇ ਬਘੇਲ ਸਿੰਘ ਨੇ ਜਾ ਕੇ ਉਹਨਾਂ ਨੂੰ ਵੀ ਵਕਤ ਪਾ ਦਿੱਤਾ ਅੰਗਰੇਜ਼ਾਂ ਜਰਨੈਲ ਮਨ ਗੁੱਸਾ ਆਇਆ ਅੰਗਰੇਜ਼ਾਂ ਦਾ ਜਰਨੈਲ ਜਿਹੜਾ ਸੀ ਉਹਨੂੰ ਬੜਾ ਗੁੱਸਾ ਲੱਗਾ ਵੀ ਇਹ ਕੌਣ ਨੇ ਦਮਾਲਿਆਂ ਵਾਲੇ ਇਹ ਕੌਣ ਨੇ ਦਾੜ੍ਹੀਆਂ ਵਾਲੇ ਚੜ੍ਹ ਕੇ ਆ ਜਾਂਦੇ ਨੇ ਧੌਣ ਤੇ ਤਲਵਾਰ ਰੱਖ ਕੇ ਕਹਿੰਦੇ ਰੱਖੋ ਰਸਤਾ ਇੱਥੇ ਤੇ ਖੋ ਖਾ ਕੇ ਖਾਕ ਵੀ ਕਿਉਂ ਜਾਂਦੇ ਨੇ ਇਹਨਾਂ ਨੂੰ ਪਤਾ ਕਰੀਏ ਕੌਣ ਨੇ ਹਾਂਜੀ ਨਹਿ ਸਿੰਘਣ ਸੋ ਜੋਰ ਬਸਾਇਆ ਸਿੰਘਾਂ ਨਾਲ ਅੰਗਰੇਜ਼ਾਂ ਦਾ ਜੋਰ ਪੂਰਾ ਨਹੀਂ ਪੈਂਦਾ ਖਾਲਸੇ ਨੂੰ ਮਾਰੇ ਪ੍ਰਤਾਪ ਹੀ ਐਸਾ ਦਿੱਤਾ 사ਤਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੋਈ ਸਾਹਮਣੇ ਅੜਿਆ ਹੀ ਨਹੀਂ ਅੜੇ ਸੋ ਝੜੇ ਚਰਨ ਪਰੇ ਸੋ ਤਰੇ ਬਾਬਾ ਬਘੇਲ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਬੜੇ ਬੜੇ ਸੂਰਮੇ ਸਿੰਘ ਜਰਨੈਲ ਜਦੋਂ ਦਿੱਲੀ ਵੱਲ ਮੂੰਹ ਕਰਦੇ ਤੇ ਅੰਗਰੇਜ਼ਾਂ ਦਾ ਰੰਗ ਉੱਡ ਜਾਂਦਾ ਸੀ ਤਬ ਅੰਗਰੇਜ਼ਾਂ ਨੇ ਪੁੱਛਿਓ ਪਤਸ਼ਾਹੇ ਤਾਂ ਅੰਗਰੇਜ਼ਾਂ ਨੇ ਉਸ ਵੇਲੇ ਜਿਹੜਾ ਬਾਦਸ਼ਾਹ ਸੀ ਨਾ ਮੁਸਲਮਾਨ ਔਰੰਗਜ਼ੇਬ ਦੀ ਔਲਾਦ ਵਿੱਚੋਂ ਦਾ ਨਾਮ ਸੀ ਸ਼ਾ ਆਲਮ ਜਿਹਦਾ ਆਮ ਬਾਦਸ਼ਾਹੀ ਤਖੱਲਸ ਹੀ ਨਾਮ ਸ਼ਾ ਆਲਮ ਸੀ ਪਰ ਮਾਪਿਆਂ ਨੇ ਨਾਮ ਰੱਖਿਆ ਸੀ ਗੌਰ ਅਲੀ ਗੌਰ ਅਲੀ ਸ਼ਾ ਆਲਮ ਉਹ ਬਾਦਰ ਸ਼ਾ ਜਫਰ ਦਾ ਪਿਓ ਸੀਗਾ ਜਿਹੜਾ ਬਹਾਦਰ ਸ਼ਾਹ ਜਫਰ ਹੋਇਆ ਨਾ ਬਾਅਦ ਵਿੱਚ ਉਹਦਾ ਪਿਓ ਸੀਗਾ ਗੌਰ ਅਲੀ ਗੌਰ ਅਲੀ ਬਾਦਸ਼ਾਹ ਨੂੰ ਅੰਗਰੇਜ਼ਾਂ ਨੇ ਜਰਨਲ ਆਫਟਰ ਲੋਨੀ ਨੇ ਲਾਲ ਕਿਲੇ ਵਿੱਚ ਬਹਿ ਕੇ ਸਵਾਲ ਪੁੱਛਿਆ ਸਿੰਘਨ ਮੁਲਕ ਦਿਓ ਕਿਨ ਆਹੇ ਉਹ ਅੰਗਰੇਜ਼ ਪੁੱਛਦਾ ਕਹਿੰਦਾ ਵੀ ਬਾਦਸ਼ਾਹ ਸਲਾਮਤ ਹੈ ਜਿਹੜੇ ਰੋਜ਼ ਚੜ੍ਹ ਕੇ ਆ ਜਾਂਦੇ ਨੇ ਇਹਨਾਂ ਨਾਲ ਤੁਸੀਂ ਕਈ ਵਾਰੀ ਸਮਝੌਤਾ ਵੀ ਕਰਦੇ ਹੋ ਫੇਰ ਆ ਜਾਂਦੇ ਨੇ ਇਹਦਾ ਮਹੀਨਾ ਨਹੀਂ ਟੱਪਣ ਦਿੰਦੇ ਦਿੱਲੀ ਆ ਕੇ ਕਹਿੰਦੇ ਲਿਆਓ ਰਸਤਾ ਵਸਤਾ ਦਿਓ ਲੰਗਰ ਦੀਆਂ ਤੇ ਤੁਸੀਂ ਰੋਜ਼ ਇਹਨਾਂ ਨੂੰ ਲੱਖਾਂ ਰੁਪਈਆ ਚੁੱਕ ਕੇ ਦੇ ਦਿੰਦੇ ਹੋ ਇਹ ਰਾਜ ਕਰਦੇ ਪਏ ਨੇ ਸੁਣਿਆ ਪੰਜਾਬ ਦੇ ਵਿੱਚ ਇਹ ਕੌਣ ਨੇ ਦੋਹਰਾ ਸਿੰਘਾਂ ਨੂੰ ਰਾਜ ਦਿੱਤਾ ਕਹਿੰਦੇ ਆ ਤੁਸੀਂ ਇਹਨਾਂ ਨੂੰ ਬਾਦਸ਼ਾਹ ਹੀ ਦਿੱਤੀ ਹੈ ਜਾਂ ਇਹ ਐਵੇਂ ਧੱਕੇ ਨਾਲ ਹੀ ਕਬਜ਼ਾ ਕਰੀ ਬੈਠੇ ਨੇ ਕੌਣ ਨੇ ਕਿਉਂਕਿ ਦਿੱਲੀ ਦਾ ਬਾਦਸ਼ਾਹ ਹਿੰਦੁਸਤਾਨ ਦਾ ਮਾਲਕ ਹੈ ਤੇ ਉਹਨੂੰ ਪੁੱਛਦੇ ਨੇ ਅੰਗਰੇਜ਼ ਵੀ ਤੇਰੇ ਮੁਲਕ ਦੇ ਵਿੱਚ ਇਹ ਕਿਹੜੇ ਆ ਗਏ ਜਿਹੜੇ ਤੈਨੂੰ ਵੀ ਆ ਕੇ ਅੱਖਾਂ ਵਿਖਾਉਂਦੇ ਨੇ ਤੇਰੇ ਕੋਲੋਂ ਹੀ ਨਿਸ਼ਾਨੇ ਲੈਂਦੇ ਨੇ ਇਹਨਾਂ ਬਾਰੇ ਦੱਸ ਜਰਾ ਹਾਂਜੀ ਦੋਹਰਾ ਮਾਰਿਓ ਕੌਣ ਗਨੀਮ ਇਨ ਹਾਂ ਕੌਣ ਸਵਾਰਿਓ ਕਾਮ ਇਹਨਾਂ ਨੇ ਤੁਹਾਡਾ ਕੋਈ ਕੰਮ ਸਵਾਰਿਆ ਵੀ ਹੈ ਕਿ ਐਵੇਂ ਧੱਕੇ ਨਾਲ ਹੀ ਤੁਹਾਡੇ ਕੋਲੋਂ ਖਾਈ ਜਾਂਦੇ ਨੇ ਇਹਨਾਂ ਨੇ ਕੋਈ ਦੁਸ਼ਮਣ ਮਾਰਿਆ ਕੋਈ ਵੱਡਾ ਮੋਰਚਾ ਇਹਨਾਂ ਨੇ ਫਤਿਹ ਕੀਤਾ ਜੇ ਤੁਹਾਡਾ ਕੰਮ ਸਵਾਰਿਆ ਹੋਵੇ ਦਿੰਦੀ ਤਖਤ ਦਾ ਕੋਈ ਤੁਹਾਡਾ ਫਾਇਦਾ ਕੀਤਾ ਹੋਵੇ ਤੇ ਤੁਸੀਂ ਇਹਨਾਂ ਨੂੰ ਦਿਓ ਤੇ ਖਾਈ ਜਾਣ ਪਰ ਇਹ ਤੇ ਰੋਜ਼ ਆ ਕੇ ਘੂਰਦੇ ਵੀ ਨਹੀਂ ਤੇ ਖਾਂਦੇ ਵੀ ਨਹੀਂ ਕੌਣ ਨੇ ਇਹ ਦਿਨੋ ਪਟੋ ਲਿਖਾਏ ਜਿਨ ਕਹੋ ਸ਼ਾਹੇ ਉਸ ਨਾਮ ਤੁਹਾਡੇ ਕਿਸੇ ਵੱਡੇ ਬਾਦਸ਼ਾਹ ਨੇ ਇਹਨਾਂ ਨੂੰ ਕੋਈ ਪਟਾ ਲਿਖ ਕੇ ਦਿੱਤਾ ਹੋਇਆ ਵੀ ਪੰਜਾਬ ਦਾ ਰਾਜ ਕਰੀ ਜਾਓ ਇਹ ਤੁਹਾਡੇ ਤੋਂ ਮਨਜ਼ੂਰੀ ਲੈ ਕੇ ਰਾਜ ਕਰਦੇ ਨੇ ਕਿ ਐਵੇਂ ਧੱਕੇ ਨਾਲ ਹੀ ਦੱਬ ਕੇ ਬੈਠੇ ਨੇ ਚਾਉ ਪਈ ਤਬ ਪਾਤਸ਼ਾਹੇ ਉੱਤਰ ਕਹਿਓ ਕਾਲ ਸਾ ਜੀ ਇਹ ਗੱਲ ਨੋਟ ਕਰਿਆ ਜੇ ਅੱਜ ਨਾ ਇੰਡੀਆ ਵਿੱਚ ਬੜੀ ਗੱਲ ਕਹਿੰਦੇ ਆ ਵੀ ਸਿੱਖਾਂ ਨੇ ਗਦਾਰੀ ਕੀਤੀ ਸੀ ਤੇ ਤਾਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਸੀਗਾ ਇਹ ਗੱਲ ਬੜੀ ਪ੍ਰਚਾਰ ਹੈ ਇੰਡੀਆ ਦੇ ਵਿੱਚ ਵੱਡੇ ਵੱਡੇ ਪ੍ਰੋਫੈਸਰ ਕਰਦੇ ਹੁੰਦੇ ਆ ਕਾਲਜਾਂ ਯੂਨੀਵਰਸਿਟੀ ਵਿੱਚ ਗੱਲਾਂ ਪੜਾਈਆਂ ਜਾਂਦੀਆਂ ਉੱਥੇ ਬਿਸਕਨ ਨੇ 1857 ਦੇ ਗਦਰ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਤਾਂ ਬਹਾਦਰ ਸ਼ਾਹ ਜਫਰ ਹਾਰਿਆ ਪਰ ਇਹ ਨਹੀਂ ਪਤਾ ਉਹਨਾਂ ਲੋਕਾਂ ਨੂੰ ਵੀ ਬਹਾਦਰ ਸ਼ਾਹ ਦੇ ਪਿਓ ਨੇ ਸਿੱਖਾਂ ਦੇ ਖਿਲਾਫ ਕੀ ਜ਼ਹਿਰ ਉਗਲਿਆ ਸੀਗਾ ਉਹਦੇ ਮੁੱਢ ਤੋਂ ਉਗਲਦੇ ਰਹੇ ਨੇ ਬਾਬਰ ਤੋਂ ਲੈ ਕੇ ਜਹਾਂਗੀਰ ਤੇ ਫਿਰ ਔਰੰਗਜ਼ੇਬ ਉਹਨਾਂ ਨੇ ਕੋਈ ਘਟਨਾ ਕੀਤੀ ਨਹੀਂ ਪਰ ਜੇ ਆਪਾਂ ਉਹ ਦੇਖੀਏ ਵੀ ਜਦੋਂ ਆਰਾਮ ਦਾ ਮੌਕਾ ਸੀ ਉਦੋਂ ਵੀ ਉਹਨਾਂ ਨੇ ਕਸਰ ਨਹੀਂ ਛੱਡੀ ਬਾਦਰ ਸ਼ਾਹ ਦੇ ਪਿਓ ਗੌਰ ਅਲੀ ਬਾਦਸ਼ਾਹ ਸ਼ਾ ਆਲਮ ਦਿੱਲੀ ਦੇ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਸਾਡੇ ਬਾਰੇ ਕੀ ਬਿਆਨ ਦਿੱਤਾ ਸੁਣੋ ਜਰਾ ਨਹੀਂ ਸ਼ਾਹੇ ਕਿਨ ਇਨ ਕਉ ਲਿਖ ਦਇਓ ਉਹ ਕਹਿਣ ਲੱਗਾ ਅੰਗਰੇਜ਼ਾਂ ਨੂੰ ਕਹਿੰਦਾ ਸਾਬ ਇਹਨਾਂ ਨੂੰ ਕਿਸੇ ਬਾਦਸ਼ਾਹ ਨੇ ਕੁਝ ਨਹੀਂ ਲਿਖ ਕੇ ਦਿੱਤਾ ਹੋਇਆ ਇਹ ਐਵੇਂ ਧਕੇ ਨਾਲ ਹੀ ਕਰਦੇ ਨੇ ਇਨਾਂ ਨੂੰ ਅਸੀਂ ਕੋਈ ਲਿਖ ਕੇ ਨਹੀਂ ਦਿੰਦਾ ਵੀ ਤੁਸੀਂ ਰਾਜ ਕਰ ਲਓ ਨਹੀਂ ਕਾਮ ਕੋਉ ਇਨੈ ਸਵਾਰਿਓ ਇਹਨਾਂ ਦੇ ਸਾਡਾ ਕੰਮ ਵੀ ਕੋਈ ਨਹੀਂ ਦੇਸ਼ ਦਾ ਸਵਾਰਿਆ ਇਹ ਤਾਂ ਜਰੇਮ ਪੇਸ਼ਾ ਲੋਗ ਨੇ ਜ਼ੁਲਮ ਕਰਨ ਵਾਲੇ ਡਾਕੇ ਮਾਰਨ ਵਾਲੇ ਇਹ ਤਾਂ ਕਤਲ ਕਰਨ ਵਾਲੇ ਬੰਦੇ ਨੇ ਤੇ ਇਹਨਾਂ ਨੇ ਸਾਡਾ ਕੱਖ ਨਹੀਂ ਸਵਾਰਿਆ ਦੇਸ਼ ਦਾ ਨਹ ਗਨੀਮ ਕੋਉ ਇਨ ਨੈ ਮਾਰਿਓ ਨਾ ਇਹਨਾਂ ਨੇ ਕੋਈ ਦੁਸ਼ਮਣ ਮਾਰਿਆ ਹੈ ਨਿਜਮਲ ਮੁਗਲ ਨੇ ਨਾਦਰ ਬੁਲਾਇਓ ਇਹਨਾਂ ਨੇ ਦਾ ਕਾਰਨ ਅਸੀਂ ਇਹ ਦੱਸਦੇ ਆਂ ਵੀ ਸਾਡਾ ਨਿਜਾਮੁਲ ਮੁਲਕ ਇੱਕ ਹੋਇਆ ਪਹਿਲਾਂ ਵੱਡਾ ਉਹਨੇ ਨਾਦਰ ਸ਼ਾਹ ਨੂੰ ਬੁਲਾ ਲਿਆ ਸੀ ਜਦੋਂ ਨਾਦਰ ਸ਼ਾਹ ਸਾਡੇ ਤੇ ਚੜ ਕੇ ਆਇਆ ਸੀਗਾ ਮੁਗਲਾਂ ਨਾਲ ਲੜਨ ਵਾਸਤੇ ਉਦੋਂ ਇਹਨਾਂ ਸਿੱਖਾਂ ਨੂੰ ਮੌਕਾ ਮਿਲ ਗਿਆ ਸੀ ਤੇ ਇਹ ਉੱਠ ਪਏ ਸਨ ਤੇ ਇਹਨਾਂ ਨੇ ਪੰਜਾਬ ਮਲ ਲਿਆ ਸੀ ਦਿੱਲੀ ਕਾ ਉਨਨਾਸ ਕਰਾਇਓ ਨਾਦਰ ਸ਼ਾਹ 1738 ਦੇ ਵਿੱਚ ਆਇਆ ਸੀ ਗਾਇਨੀ ਇਸ ਘਟਨਾ ਤੋਂ ਕੋਈ 65 ਸਾਲ ਪਹਿਲਾਂ ਦੀ ਗੱਲ ਯਾਦ ਕਰਾ ਰਿਹਾ ਉਹ ਕਹਿੰਦਾ 65 ਸਾਲ ਹੋ ਗਏ ਨੇ ਵੀ ਇੱਕ ਨਾਦਰ ਸ਼ਾਹ ਈਰਾਨ ਤੋਂ ਚੜ੍ਹ ਕੇ ਆਇਆ ਸੀ ਉਹਨੇ ਜਦੋਂ ਦਿੱਲੀ ਦਾ ਨਾਸ ਕੀਤਾ ਸੀ ਰੋਹੇਲੇ ਨਜੀਬੇ ਅਹਿਮਦ ਸ਼ਾਹ ਸਦਵਾਇਓ ਫਿਰ ਇੱਕ ਨਜੀਬ ਦੌਲਾ ਸੀਗਾ ਰੋਹੇਲਿਆਂ ਚੋਂ ਵਜ਼ੀਰ ਆਜ਼ਮ ਦਿੱਲੀ ਦਾ ਉਹਨੇ ਨਾਦਰ ਦੇ ਚੇਲੇ ਅਹਿਮਦ ਸ਼ਾਹ ਬਦਾਲੀ ਨੂੰ ਸਾਦ ਲਿਆ ਸੀ ਹਿੰਦੁਸਤਾਨ ਤੇ ਹਮਲਾ ਕਰਨ ਲਈ ਭਾਉ ਮਰਹਟੋ ਉਹਨਾਂ ਗਲਵਾਇਓ ਜਿਹਦੇ ਨਾਲ ਉਪਾ ਉਮਰ ਹਟੇ ਅਦੀ ਲੜਾਈ ਹੋਈ ਸੀ ਤੇ ਮਰੱਟੇ ਮਾਰੇ ਸਨ ਆਪ ਥੱਕ ਕੇ ਬਹੁ ਮੁੜ ਗयो ਅਹਿਮਦ ਸ਼ਾਹ ਅਬਦਾਲੀ ਕਈ ਵਾਰੀ ਆਇਆ ਸੀ ਤੇ ਥੱਕ ਕੇ ਵਾਪਸ ਮੁੜ ਗਿਆ ਸੀ ਆਪਣੇ ਮੁਲਕ ਨੂੰ ਮੁਲਕ ਆਕੀ ਇਮ ਉਸ ਤੇ ਰਹਿਓ ਇਸ ਕਰਕੇ ਅਸੀਂ ਤਾਂ ਅਹਿਮਦ ਸ਼ਾਹ ਨਾਲ ਲੜਦੇ ਰਹਿ ਗਏ ਤੇ ਇਹਨਾਂ ਸਿੱਖਾਂ ਦੇ ਲੋਕ ਜੱਟਾਂ ਨੇ ਪਿੰਡ ਦੇ ਪੰਜਾਬੀਆਂ ਨੇ ਦਾਂਗਾ ਛੋਟੇ ਚੁੱਕ ਚੁੱਕ ਕੇ ਪਿੰਡਾਂ ਦੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਤੇ ਇਹ ਜਿਹੜੇ ਲੋਕ ਸੀ ਜਰਾਇਮ ਪੇਸ਼ਾ ਜੇ ਲੋਕ ਸੀਗੇ ਇਹਨਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਇਹ ਆਕੀ ਹੋ ਗਏ ਸਾਡੇ ਤੋਂ ਹਾਂਜੀ ਸ਼ਾਹੇ ਦੁਸ਼ਟ ਇਮ ਕਪਟ ਉਚਾਰਾ ਇਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਇਹ ਕੋਈ ਵਧੀਆ ਬੰਦੇ ਨਹੀਂ ਇਹ ਜਰਾਇਮ ਪੇਸ਼ਾ ਲੋਕ ਨੇ ਤੇ ਇਹ ਡਾਕੇ ਡੁਕੇ ਮਾਰਦੇ ਨੇ ਤੇ ਇਹ ਪੰਜਾਬ ਤੇ ਕਬਜ਼ਾ ਕਰੀ ਬੈਠੇ ਇਹਨਾਂ ਦਾ ਕੋਈ ਰਾਜ ਭਾਗ ਨਹੀਂ ਇਹ ਗਰੀਬ ਲੋਕ ਸੀ ਸਾਡੀ ਰૈયਤ ਸੀਗੇ ਸਾਡੀ ਪਰਜਾ ਸੀਗੇ ਤੇ ਇਸ ਔਲੇ 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 ਪੰਜਾਬ ਦੇ ਰਾਜੇ ਬਣ ਬੈਠੇ ਨੇ ਸਿੰਘਣ ਉਪਰ ਤੋੜਾ ਝਾੜਾ ਇਦਾਂ ਉਸ ਦੁਸ਼ਟ ਕਪਟੀ ਬਾਦਸ਼ਾਹ ਨੇ ਖਾਲਸੇ ਦੇ ਤੋੜਾ ਝਾੜ ਦਿੱਤਾ ਸਿੰਘਾਂ ਨੂੰ ਹੀ ਬਦਨਾਮੀ ਕਰ ਦਿੱਤੀ ਅੰਗਰੇਜ਼ਾਂ ਦੇ ਸਾਹਮਣੇ ਸਿੰਘਣ ਕੋ ਉਹਨ ਰૈયਤ ਬਤਾਇਓ ਉਹਨੇ ਸਿੰਘਾਂ ਨੂੰ ਰૈયਤ ਪਰਜਾ ਦੱਸਿਆ ਵੀ ਇਹ ਤੇ ਸਾਡੀ ਪਰਜਾ ਸੀ ਗਰੀਬ ਪਰਜਾ ਤੇ ਸਾਡੇ ਤੋਂ ਇਹ ਸਾਨੂੰ ਲੜਨਾ ਪੈ ਗਿਆ ਨਾਦਰ ਨਾਲ ਇਹ ਹੁਣ ਵਜਨ ਤੇ ਗੁਰੂ ਦੇ ਪੂਰੇ ਹੋ ਰਹੇ ਸੀ ਕਲਗੀਧਰ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਸਾਹਿਬ ਪੁੱਛਿਆ ਮਹਾਰਾਜ 10 ਲੱਖ ਤੋਂ ਵੱਡੀਆਂ ਫੌਜਾਂ ਦੇ ਮਾਲਕ ਔਰੰਗਜੇ ਬਾਦਸ਼ਾਹ ਜਿਹਦੇ ਕੋਲ ਵੱਡੀਆਂ ਤੋਪਾਂ ਵੱਡੇ ਰਹਿਕਲੇ ਵੱਡੇ ਕਿਲੇ ਵੱਡੇ ਖਜ਼ਾਨੇ ਔਰੰਗਜੇ ਦੀ ਏਡੀ ਵੱਡੀ ਬਾਦਸ਼ਾਹੀ ਮੁਗਲਾਂ ਦੀ ਕਿਵੇਂ ਖਤਮ ਕਰਾਂਗੇ ਅਸੀਂ ਤਾਂ ਸਿੰਘ ਹੀ ਥੋੜੇ ਜਿਹੇ ਆ ਮੁੱਠੀ ਭਰ ਖਾਲਸਾ ਤੁਸੀਂ ਪੰਜ ਸਿੰਘ ਸਾਜੇ ਆ ਤੇ ਇਹ ਮਹਾਰਾਜ ਥੋੜੀ ਜੀ ਫੌਜ ਲੱਖਾਂ ਨੂੰ ਕਿਵੇਂ ਬਰਬਾਦ ਕਰ ਦਵੇਗੀ ਉਸ ਵੇਲੇ ਕਲਗੀਧਰ ਪਾਸ਼ਾ ਬਚਨ ਕੀਤਾ ਕਾਬਲ ਤੇ ਕੁੱਤਾ ਮੰਗਵਾਉਂ ਉਹਨਾਂ ਤੇ ਇਨਕਾ ਨਾਸ ਕਰਾਉਂ ਕਹਿੰਦੇ ਦਇਆ ਸਿੰਘ ਚਿੰਤਾ ਨਾ ਕਰ ਕਾਬਲੀ ਕੁੱਤਾ ਆਵੇਗਾ ਇਹਨਾਂ ਨੂੰ ਪਾੜੇਗਾ ਉਹ ਖਾਏਗਾ ਸਿੰਘ ਰਾਜ ਕਰਨਗੇ ਜਦੋਂ ਨਾਦਰ ਸ਼ਾਹ ਆਇਆ ਚੜ੍ਹ ਕੇ ਉਹਨੇ ਦਿੱਲੀ ਦੀ ਲੱਕ ਤੋੜ ਦਿੱਤੀ 70000 ਬੰਦਾ ਨਾਦਰ ਨੇ ਕੁ ਦਿਨ ਕਤਲ ਕੀਤਾ ਦਿੱਲੀ ਦੇ ਵਿੱਚ ਇੱਕ ਦਿਨ ਸਵੇਰ ਤੋਂ ਸ਼ਾਮ ਤਾਈ 70000 ਲਾਸ਼ ਵਿਛਾ ਦਿੱਤੀ ਫਿਰ ਅਬਦਾਲੀ ਆਇਆ 11 ਵਾਰ ਆਇਆ ਕਿ 17 ਵਾਰ ਉਹ ਜਿੰਨੇ ਵਾਰ ਵੀ ਆਇਆ ਉਹਨੇ ਦਿੱਲੀ ਨਾਲ ਟੱਕਰ ਹੋਈ ਉਹਦੀ ਉਹ ਚਾਹੁੰਦਾ ਸੀ ਕਿ ਜਿਹੜਾ ਪੰਜਾਬ ਹੈ ਇਹ ਅਫਗਾਨਿਸਤਾਨ ਦਾ ਹਿੱਸਾ ਬਣੇ ਲਾਹੌਰ ਮੇਰਾ ਤੇ ਦਿੱਲੀ ਵਾਲੇ ਕਹਿੰਦੇ ਸੀ ਵੀ ਲਾਹੌਰ ਦਿੱਲੀ ਦਾ ਸਾਡਾ ਹਿੰਦੁਸਤਾਨ ਦਾ ਹਿੱਸਾ ਰਵੇ ਤੇ ਸਿੰਘ ਕਹਿੰਦੇ ਸੀ ਨਾ ਦਿੱਲੀ ਦਾ ਨਾ ਅਫਗਾਨਿਸਤਾਨ ਦਾ ਲਾਹੌਰ ਖਾਲਸੇ ਦਾ ਤਿੰਨ ਟਕਰਾਂ ਲੜਦੀਆਂ ਸੀ ਆਪਸ ਵਿੱਚ ਸੋ ਉਹ ਜਿਹੜਾ ਅਬਦਾਲੀ ਆਇਆ ਨਾ ਨਾਦਰ ਆਇਆ ਨੁਕਸਾਨ ਤੇ ਉਹਨੇ ਸਿੱਖਾਂ ਦਾ ਵੀ ਕੀਤਾ ਅਬਦਾਲੀ ਨੇ ਵੱਡੇ ਘਾਲੂ ਕਾਰਜ ਪਰ ਫਾਇਦਾ ਵੀ ਕਰ ਗਿਆ ਫਾਇਦਾ ਇਹ ਕਰ ਗਿਆ ਵੀ ਦਿੱਲੀ ਵਾਲਿਆਂ ਦਾ ਪਤਾ ਸਾਫ਼ ਕਰ ਗਿਆ ਉਹ ਦਿੱਲੀ ਵਾਲਿਆਂ ਨੂੰ ਦਿੱਲੀ ਜੀ ਬਾੜ ਗਿਆ ਸਿੰਘਾਂ ਦੀ ਤਾਕਤ ਫੜਨ ਦਾ ਮੌਕਾ ਮਿਲ ਗਿਆ ਸੋ ਉਹ ਗੱਲ ਇੱਥੇ ਆ ਰਹੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹੋਏ ਪੂਰੇ ਨਾਦਰ ਤੇ ਅਬਦਾਲੀ ਨੇ ਜੋ ਮੁਗਲਾਂ ਦਾ ਲੱਕ ਤੋੜਿਆ ਉਹ ਪਠਾਨ ਸੀਗੇ ਮੁਗਲ ਸੀਗੇ ਸਦੀਆਂ ਤੋਂ ਮੁਗਲਾਂ ਦੇ ਪਠਾਣਾਂ ਦੀ ਲੜਾਈ ਚੱਲੀ ਆਈ ਗੁਰੂ ਰਣ ਸਾਹਿਬ ਵੀ ਜ਼ਿਕਰ ਆਉਂਦਾ ਮੁਗਲ ਪਠਾਣਾ ਭਾਈ ਲੜਾਈ ਬਾਬਰ ਮੁਗਲ ਸੀਗਾ ਤੇ ਇੱਥੇ ਕਾਬਜ ਸੀਗੇ ਪਠਾਣ ਚੜ੍ਹ ਕੇ ਆਇਆ ਉਹਨੇ ਪਠਾਣਾ ਕੋਲ ਦਰਜ ਖੋਲ ਲਿਆ ਫੇਰ ਸ਼ੇਰ ਸਾ ਸੂਰੀ ਪਠਾਣੋਂ ਨਿਮਾਈਓ ਕੋਲੋਂ ਆਕੇ ਖੋਲਿਆ ਅਮਾਈਓ ਨੇ ਫੇਰ ਉਹਦੇ ਕੋਲੋਂ ਖੋਲਿਆ ਇਦਾਂ ਇਹ ਬੜੀ ਪੁਰਾਣੀ ਲੜਾਈ ਇਹਨਾਂ ਦੀ ਆਪਸ ਚੱਲਦੀ ਆਉਂਦੀ ਮੁਗਲਾਂ ਦੇ ਪਠਾਣਾਂ ਦੀ ਸੋ ਉਸ ਉਸੇ ਲੜਾਈ ਚ ਖਾਲਸੇ ਨੂੰ ਮੌਕਾ ਮਿਲ ਗਿਆ ਹਾਂਜੀ ਨਹਿ ਉਨ ਖਾਲਸੋ ਪੰਥ ਜਤਾਇਓ ਸਿੰਘਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਦਿੱਤਾ ਗੌਰ ਅਲੀ ਬਾਦਸ਼ਾਹ ਨੇ ਕਿ ਇਹ ਤੇ ਡਾਕੂ ਸੀਗੇ ਮਾੜੇ ਮੋਟੇ ਪਿੰਡਾਂ ਚ ਫਿਰਦੇ ਸੀ ਇਹਨਾਂ ਨੇ ਕਬਜ਼ਾ ਕਰ ਲਿਆ ਸਿੰਘਾਂ ਨੂੰ ਖਾਲਸੇ ਪੰਥ ਕਰਕੇ ਨਹੀਂ ਦੱਸਿਆ ਵੀ ਇਹ ਪੰਥ ਹੈ ਮਹਾਰਾਜ ਦਾ ਇਸ ਪੰਥ ਦੀਆਂ ਮਹਾਨ ਕੁਰਬਾਨੀਆਂ ਨੇ ਇਹਨਾਂ ਦੇ ਰਹਿਬਰ ਬੜੇ ਮਹਾਨ ਹੋਏ ਨੇ ਇਹ ਗੱਲ ਨਹੀਂ ਦੱਸੀ ਤੇ ਬਲਕੇ ਸਿੰਘਾਂ ਨੂੰ ਜੰਗਲੀ ਜੇ ਦੱਸ ਕੇ ਉਸ ਬਾਦਸ਼ਾਹ ਨੇ ਖਾਲਸੇ ਦੇ ਤੋੜਾ ਝਾੜ ਦਿੱਤਾ ਨਹੀਂ ਉਹਨ ਗੁਰੂ ਹਨ ਭੇਦ ਕਛ ਕਹਾ ਇਹ ਵੀ ਨਹੀਂ ਦੱਸਿਆ ਵੀ 10 ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੋਏ ਨੇ ਜਿਨ੍ਹਾਂ ਨੇ ਪੰਥ ਸਾਜਿਆ ਹੈ ਗੁਰੂ ਹਨ ਸ਼ਾਹ ਹਨ ਜਿਵੇਂ ਝਗੜੋ ਰਹਾ ਇਹ ਵੀ ਨਹੀਂ ਦੱਸਿਆ ਵੀ ਗੁਰੂਆਂ ਦਾ ਤੇ ਸ਼ਾਹਾਂ ਦਾ ਆਪਸ ਵਿੱਚ ਝਗੜਾ ਵੀ ਰਿਹਾ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਭਾਇਆ ਹੈ ਗੁਰੂ ਹਰਗੋਬਿੰਦ ਸਾਹਿਬ ਨਾਲ ਚਾਰ ਜੰਗ ਕੀਤੇ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਚਾਂਦਨੀ ਚੌਂਗ ਚ ਲਾਇਆ ਹੈ ਬਿਆੰਤ ਬਿਆੰਤ ਸਿੱਧੀ ਸਾਕੇ ਗੁਰੂਆਂ ਨਾਲ ਕੀਤੇ ਨੇ ਉਹ ਗੱਲ ਨਹੀਂ ਦੱਸੀ ਬਾਦਸ਼ਾਹ ਨੇ ਆਪਣੀਆਂ ਕਰਤੂਤਾਂ ਨਹੀਂ ਦਸੀਆਂ ਤੇ ਸਿੰਘਾਂ ਦਾ ਇਤਿਹਾਸ ਵੀ ਨਹੀਂ ਦੱਸਿਆ ਬਲਕਿ ਇੰਨੀ ਕਹਿ ਕੇ ਟਾਲ ਦਿੱਤੀ ਵੀ ਇਹ ਤੇ ਜਰੇਮ ਪੇਸ਼ਾ ਲੋਗ ਨੇ ਇਹ ਦਾੜੀਆਂ ਜਿਹਾ ਰੱਖਦੇ ਨੇ ਜੰਗਲਾਂ 'ਚ ਰਹਿੰਦੇ ਨੇ ਮਾਰ ਕੇ ਖਾਈ ਜਾਂਦੇ ਨੇ ਇਹ ਸਾਨੂੰ ਵੀ ਤੰਗ ਕਰਦੇ ਨੇ ਅਸੀਂ ਇਹਨਾਂ ਨੂੰ ਨਾ ਥੋੜਾ ਜਿਹਾ ਰਾਜ ਦਿੱਤਾ ਹੋਇਆ ਵੀ ਤੁਸੀਂ RAM ਨਾਲ ਰਹਿ ਕੇ ਰੋਟੀ ਖਾਈ ਜਾਓ ਇਹ ਸਾਡੀ ਰਹਿ ਨਮਾਈ ਸਾਡੀ ਰਹਿਮਤ ਤੇ ਸਾਡੀ ਦਇਆ ਤੇ ਪੜਦੇ ਨੇ ਫਿਰ ਇਦਾਂ ਕਹਿ ਦਿੱਤਾ ਜਦੋਂ ਇਹ ਗੱਲ ਕਹੀ ਅੰਗਰੇਜ਼ਾਂ ਨੂੰ ਦੋਹਰਾ ਸ੍ਰੀ ਗੁਰੂ ਨਾਨਕ ਜਿਮ ਭਇਓ ਆਗੇ ਵਧਿਓ ਪਰਤਾਪ ਇਹ ਗੱਲ ਨਹੀਂ ਦੱਸੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਅਵਤਾਰ ਧਾਰ ਕੇ ਆਏ ਉਹਨਾਂ ਦੇ 10 ਜਾਮੇ ਹੋਏ ਉਹਨਾਂ ਦਾ ਪ੍ਰਤਾਪ ਵਧਿਆ ਉਹ ਸੱਚੀ ਗੱਲ ਜਿਹੜੀ ਸੀ ਨਾ ਖਾਲਸੇ ਦੀ ਇਤਿਹਾਸ ਦੀ ਉਸ ਦੁਸ਼ਟ ਬਾਦਸ਼ਾਹ ਨੇ ਸ਼ਾ ਆलम ਅਲੀ ਗੌਰ ਨੇ ਦੱਸੀ ਨਹੀਂ ਜਮ ਬਾਬਰ ਪਰ ਕਿਰਪਾ ਭਈ ਕਹਿਓ ਨਾ ਮਨ ਰਖ ਪਾਪ ਮਨਜ ਪਾਪ ਰਖਿਆ ਇਹ ਵੀ ਨਹੀਂ ਦੱਸਿਆ ਵੀ ਮੇਰੇ ਵੱਡੇ ਬਾਬਰ ਨੂੰ ਰਾਜ ਤਾਂ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਅਸੀਂ ਤੇ ਗੁਰੂ ਨਾਨਕ ਦਾ ਹਲ ਦਿੱਤਾ ਰਾਜ ਕਰ ਰਹੇ ਆ ਇਹ ਭੁੱਲ ਗਿਆ ਜਾਂ ਜਾਣ ਕੇ ਲੁਕਾ ਗਿਆ ਬਲਕਿ ਇਹ ਕਹਿ ਗਿਆ ਵੀ ਸਿੱਖਾਂ ਨੂੰ ਰਾਜ ਅਸੀਂ ਦਿੱਤਾ ਇਹ ਨਹੀਂ ਕਿਹਾ ਵੀ ਸਿੱਖਾਂ ਦੇ ਗੁਰੂ ਨੇ ਸਾਨੂੰ ਰਾਜ ਦਿੱਤਾ ਉਹਦੀ ਥਾਂ ਦੇ ਕਹਿ ਗਿਆ ਵੀ ਸਿੱਖਾਂ ਨੂੰ ਰਾਜ ਅਸੀਂ ਦਿੱਤਾ ਹੈ ਪੰਜਾਬ ਦੇ ਡਾਕੇ ਡੂਕੇ ਮਾਰਦੇ ਸੀ ਅਸੀਂ ਆਖਿਆ ਚਲੋ ਤੁਸੀਂ ਥੋੜਾ ਜਿਹਾ ਰਾਜ ਕਰ ਲਓ ਹਾਂਜੀ ਚਾਉ ਪਈ ਜਿਮ ਫਿਰ ਮੁਗਲਾਂ ਹਿੰਦੁਸ ਤਾਏ ਉਹ ਵੀ ਨਹੀਂ ਦੱਸਿਆ ਵੀ ਮੁਗਲਾਂ ਨੇ ਹਿੰਦੂਆਂ ਨੂੰ ਕਿੰਨੇ ਦੁੱਖ ਦਿੱਤੇ ਹਿੰਦੂਆਂ ਦੇ ਸਵਾ ਸਭ ਮਨ ਜਨੇਊ ਤੋੜ ਕੇ ਔਰੰਗਜ਼ਾ ਰੋਟੀ ਖਾਂਦਾ ਸੀ ਇਹ ਗੱਲ ਵੀ ਨਹੀਂ ਦੱਸੀ ਜਿਮ ਓਨ ਸਿੱਖ ਆਓ ਗੁਰੂ ਅਕਾਏ ਔਰ ਗੁਰੂਆਂ ਨੂੰ ਤਤਿਆਂ ਤਵੀਆਂ ਤੇ ਭਾਇਆ ਸਿੱਖਾਂ ਨੂੰ ਆਰਿਆਂ ਨਾਲ ਚੀਰਿਆ ਦੇਗਾਂ 'ਚ ਉਬਾਲਿਆ ਨੀਹਾਂ 'ਚ ਚਿਣਿਆ ਖੋਪਰੀਆਂ ਲਾਈਆਂ ਬੰਦ-ਬੰਦ ਕੱਟੇ ਆਪਣੀ ਕਾਲੀ ਕਰਤੂਤ ਨਹੀਂ ਉਸ ਦੁਸ਼ਟ ਬਾਦਸ਼ਾਹ ਨੇ ਦੱਸੀ ਜਿਮ ਜਿਮ ਗੁਰੂਆਂ ਦਾ ਸਿਰ ਰਸੋ ਕੀਓ ਇਹ ਵੀ ਨਹੀਂ ਦੱਸਿਆ ਵੀ ਗੁਰੂਆਂ ਨੇ ਸੀਸ ਦਿਆਂ ਪਰ ਸਿਰ ਨਾ ਦਿਆਂ ਗੁਰੂਆਂ ਨੇ ਕਿੰਨੀ ਦਲੇਰੀ ਨਾਲ ਜ਼ੁਲਮ ਦਾ ਟਾਕਰਾ ਕੀਤਾ ਤਤੇ ਤਵੀ ਤੇ ਬਹਿ ਕੇ ਵੀ ਭਾਣਾ ਮਿੱਠਾ ਮੰਨਿਆ ਸੀਸ ਉਤਰ ਗਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਧਰਮ ਨਹੀਂ ਛੱਡਿਆ ਸਹਬਜ਼ਾਦੇ ਨੀਹਾਂ ਵਿੱਚ ਜਣੇ ਗਏ ਆਪਣੀ ਮਰਿਆਦਾ ਨਹੀਂ ਛੱਡੀ ਉਹ ਗੱਲਾਂ ਉਸ ਦੁਸ਼ਟ ਨੇ ਬਾਦਸ਼ਾਹ ਗੌਰ ਅਲੀ ਨੇ ਨਹੀਂ ਦਸੀਆਂ ਸੀਸ ਦੀਓ ਔ ਸਿਰਰ ਨਾ ਦੀਓ ਸੀਸ ਦੇ ਦਿੱਤੇ ਸੀਧਾ ਨੇ ਪਰ ਆਪਣਾ ਧਰਮ ਨਹੀਂ त्यागਿਆ ਸਿਰੜ ਨਹੀਂ ਛੱਡਿਆ ਜਿਹ ਵਿਦ ਬੈਰ ਸ਼ਾਹਨ ਗੁਰ ਭਇਓ ਜਿਵੇਂ ਜਿਵੇਂ ਗੁਰੂਆਂ ਦਾ ਤੇ ਸ਼ਾਹਾਂ ਦਾ ਵੈਰ ਵਧਿਆ ਬੜਾ ਲੰਮਾ ਇਤਿਹਾਸ ਉਹ ਵੀ ਨਹੀਂ ਦੱਸਿਆ ਜਿਮ ਗੁਰ ਹੁਕਮ ਹੋਏ ਪੰਥ ਰਚਿਓ ਜਿਵੇਂ ਕਾਲਪੁਰਖ ਨੇ ਹੁਕਮ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੀ ਪੰਥ ਸਜਾਓ ਤੇ ਉਸ ਅਕਾਲਪੁਰਖ ਦੇ ਹੁਕਮ ਨਾਲ ਪੰਥ ਖਾਲਸਾ ਸਾਜਿਆ ਉਹ ਗੱਲ ਵੀ ਨਹੀਂ ਦੱਸੀ ਪੰਥ ਮਦਤ ਕੋ ਚੰਡ ਜਗਾਈ ਜੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਚੰਡੀ ਪ੍ਰਗਟ ਕੀਤੀ ਖੰਡਾ ਤੇ ਖੰਡੇ ਨਾਲ ਅਮਰ ਦਿੱਤਾ ਖਾਲਸੇ ਨੂੰ ਵੀਰਾਸ ਵਿੱਚ ਉਹ ਗੱਲ ਵੀ ਨਹੀਂ ਦੱਸੀ ਚੰਡ ਭੇਟ ਦਏ ਬੇਟ ਲਗਾਈ ਤੇ ਮਹਾਰਾਜ ਨੇ ਉਹ ਚੰਡੀ ਦੀ ਭੇਟਾ ਆਪਣੇ ਪੁੱਤਰ ਵਾਰ ਦਿੱਤੇ ਆਖੋ ਸ੍ਰੀ ਵਾਹਿਗੁਰੂ ਚੰਡੀ ਜੁੱਧ ਦੀ ਸ਼ਕਤੀ ਹੈ ਅਕਾਲ ਪੁਰਖ ਦੀ ਜਿਹਨੂੰ ਆਪਾਂ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਇਓ ਪਰਮੇਸ਼ਰ ਤੋਂ ਵੱਖਰੀ ਨਹੀਂ ਤਾਕਤ ਤਾਕਤਵਰ ਤੋਂ ਵੱਖਰੀ ਨਹੀਂ ਹੁੰਦੀ ਪਾਵਰਫੁਲ ਤੇ ਪਾਵਰ ਇੱਕੋ ਹੀ ਚੀਜ਼ ਹੈ ਉਹ ਅਕਾਲ ਪੁਰਖ ਦੀ ਸ਼ਕਤੀ ਚੰਡੀ ਦੇ ਰੂਪ ਵਿੱਚ ਸ਼ਸਤਰ ਦੇ ਰੂਪ ਵਿੱਚ ਹੈ ਸਹਿਬਜ਼ਾਦਿਆਂ ਨੂੰ ਮਹਾਰਾਜ ਨੇ ਉਹਦੀ ਭੇਟਾ ਕੀਤਾ ਮੈਦਾਨੇ ਜੰਗ ਵਿੱਚ ਸਹਿਬਜ਼ਾਦਾ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਚੰਡੀ ਦੀ ਭੇਟਾ ਹੋ ਗਏ ਤਾਂ ਤਨਤਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੀਆ ਵਿੱਚਣ ਕੇ ਸ਼ਹੀਦੀ ਪਾ ਗਏ ਇਹ ਗੁਰੂਆਂ ਨੇ ਉਸ ਅਕਾਲ ਪੁਰਖ ਦੀ ਸ਼ਕਤੀ ਸਾਹਮਣੇ ਸਮਰਪਣ ਕਰ ਦਿੱਤਾ ਤਾਂ ਹੀ ਮਹਾ ਤੇਜਸਵੀ ਸੂਰਬੀਰ ਪੰਥ ਖਾਲਸਾ ਪੈਦਾ ਹੋਇਆ ਹਾਂ ਜਿਹੇ ਆਪਨ ਵੀ ਚੰਡ ਚੜਾਈ ਆਪਣਾ ਸਰੀਰ ਵੀ ਚੰਡੀ ਦੀ ਭੇਟਾ ਕੀਤਾ ਪਾਤਸ਼ਾਹ ਨੇ ਆਪ ਵੀ ਸ਼ਸਤਰ ਦੇ ਨਾਲ ਹੀ ਗੋਲਖਾਂ ਦੇ ਵਾਰਨ ਵਾਲੀ ਸ਼ਹੀਦੀ ਪ੍ਰਾਪਤ ਕੀਤੀ ਹਜੂਰ ਸਾਹਿਬ ਜਾ ਕੇ ਹਾਂਜੀ ਬਹੁਤੁਰ ਕਨ ਸਿਰ ਭਈ ਬੁਰਾਈ ਉਹ ਤੁਰਕਾਂ ਦੇ ਸਿਰ ਬੁਲਾਈ ਜਾ ਕੇ ਪਈ ਕਿ ਤੁਰਕਾਂ ਨੇ ਨਿੱਕੇ ਨਿੱਕੇ ਬੱਚੇ ਨਹੀਂ ਅਜ ਚਿੰਨ ਦਿੱਤੇ ਪੰਥ ਖਾਤਰ ਗੁਰ ਇਤੀ ਕਮਾਈ ਗੁਰੂਆਂ ਨੇ ਪੰਥ ਵਾਸਤੇ ਕਮਾਈ ਕੀਤੀ ਪੰਥ ਵਸੇ ਮੈਂ ਉਜੜਾਂ ਇਨ ਪੁੱਤਰਨ ਕੇ ਅਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕੀ ਹੁਆ ਜੀਵਤ ਲੱਖ ਹਜ਼ਾਰ ਇਹ ਗੁਰੂ ਕਾਲ ਕੀ ਧਰਜੀ ਨੇ ਲੱਖਾਂ ਪੁੱਤਰ ਬਣਾਏ ਤੇ ਆਪਣੇ ਚਾਰ ਵਾਰ ਦਿੱਤੇ ਹਾਂਜੀ ਸੋ ਦੁਸ਼ਟਨ ਹੈ ਨਾਹੀਂ ਸੁਣਾਈ ਉਸ ਦੁਸ਼ਟ ਬਾਦਸ਼ਾਹ ਗੌਰ ਅਲੀ ਸ਼ਾ আলম ਨੇ ਅੰਗਰੇਜ਼ਾਂ ਨੂੰ ਸੱਚੀ ਗੱਲ ਬਿਲਕੁਲ ਨਹੀਂ ਦੱਸੀ ਦੋਹਰਾ ਅਪਾਪੀਏ ਅਪਰਾਧ ਬਿਨ ਛੀਰ ਖੋਰ ਗੁਰਬਾਲ ਜਿਨ੍ਹਾਂ ਬੱਚਿਆਂ ਨੇ ਕੋਈ ਪਾਪ ਨਹੀਂ ਸੀ ਕੀਤਾ ਕੋਈ ਕਤਲ ਨਹੀਂ ਸੀ ਕੀਤਾ ਕੋਈ ਅਪਰਾਧ ਨਹੀਂ ਸੀ ਕੀਤਾ ਦੁੱਧ ਚੁੰਗਦੇ ਬੱਚੇ ਸਨ ਬੇਦੋਛੇ ਫੜ ਗਲ ਕੱਟੇ ਗਹਿਓ ਨਾ ਉਨੈ ਹਵਾਲ ਉਹਨਾਂ ਬੇਦੋਸ਼ਿਆਂ ਨੂੰ ਸਰਹੰਦ ਦੀਆਂ ਨੀਂਹਾਂ 'ਤੇ ਉਹਨਾਂ ਦੇ ਸੀਸ ਲਾ ਦਿੱਤੇ ਇਹ ਜ਼ੁਲਮ ਦੀ ਕਹਾਣੀ ਵੀ ਉਸ ਦੁਸ਼ਟ ਪਾਪੀ ਨੇ ਨਹੀਂ ਦੱਸੀ ਅੰਗਰੇਜ਼ਾਂ ਨੂੰ ਚਾਓ ਪਈ ਫਿਰ ਬਹਾਦਰ ਸ਼ਾਹ ਗੁਰ ਲਿਓ ਰਿਝਾਈ ਫਿਰ ਇਹ ਵੀ ਨਹੀਂ ਦੱਸਿਆ ਕਿ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਗੁਰੂ ਕਲਗੀਧਰ ਦੇ ਪੈਰੀਂ ਪੈ ਗਿਆ ਵੀ ਮੈਨੂੰ ਰਾਜ ਦਵਾ ਦਿਓ ਮੇਰਾ ਰਾਜ ਮੈਨੂੰ ਦਵਾ ਦਿਓ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਦੀ ਫੇਰ ਬਾਹ ਫੜ ਲਈ ਜੋ ਸ਼ਰਣ ਆਵੇ ਤੇ ਸੰਕੰਠ ਲਾਵੇ ਬਿਰਦ ਸੁਆਮੀ ਸੰਦਾ ਆਗਰੇ ਤੋਂ 22 ਕਿਲੋਮੀਟਰ ਅਗੇ ਜਾਜੂ ਕੀ ਸਰਾਈ ਹੈ ਜਿੱਥੇ ਸਾਧ ਸੰਗਤ ਦੀ ਬਹਾਦਰ ਸ਼ਾਹ ਦਾ ਤੇ ਤਾਰਾ ਅਜਮ ਦੋਹਾਂ ਭਰਾਵਾਂ ਦਾ ਜੰਗ ਹੋਇਆ ਕਲਗੀਧਰ ਪਾਤਸ਼ਾਹ ਅਗੰਮੀ ਫੌਜਾਂ ਸ਼ਹੀਦੀ ਫੌਜਾਂ ਲੈ ਕੇ ਪਹੁੰਚੇ ਦੋ ਤੀਰ ਇਕੱਠੇ ਮਾਰ ਕੇ ਤਾਰਾ ਅਜਮ ਦੀ ਖੋਪਰੀ ਉਡਾ ਦਿੱਤੀ ਉਹ ਜੰਗ ਜਗਾ ਦਾ ਨਾਮ ਹੈ ਜਾਜੂ ਕੀ ਸਰਾਈ ਔਰ ਉਥੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਭਾਈ ਧਰਮ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਉਹ ਉਥੇ ਫੌਜ ਲੈ ਕੇ ਗਏ ਸਨ ਤੇ ਮਹਾਰਾਜ ਗੰਮੀ ਪਹਿਰੇ ਚ ਆਏ ਸੀ ਕਲਗੀਧਰ ਪਾਤਸ਼ਾਹ ਉਹ ਜਗ੍ਹਾ ਦੇ ਉੱਤੇ ਖਾਲਸਾ ਜੀ ਕੌਤਕ ਵਰਤਿਆ 300 ਸਾਲ ਹੋ ਗਏ ਉਥੇ ਗੁਰਦੁਆਰਾ ਕੋਈ ਨਹੀਂ ਬਣਿਆ 50 ਮੀਲ ਵਿੱਚ ਕਹਿ ਲਓ ਆਗਰਾ ਸ਼ਹਿਰ ਨੂੰ ਛੱਡ ਦਿਓ ਤੇ ਬਾਹਰ ਪਿੰਡਾਂ 'ਚ ਸਿੱਖਾਂ ਦਾ ਘਰ ਕੋਈ ਨਹੀਂ ਇੱਕ ਭਈਆ ਜਿਹਾ ਉਥੇ ਉਹਨੂੰ ਟਰਾਲੀ ਤੇ ਉਹ ਬਹਿ ਕੇ ਜਾ ਰਿਹਾ ਸੀ ਤੇ ਸ਼ਹੀਦ ਸਿੰਘ ਬਹੁ ਫੜ ਕੇ ਲੈ ਕੇ ਲਾ ਕੇ ਲਿਆਏ ਵੀ ਆ ਸਾਡੀ ਜਗ੍ਹਾ ਇੱਥੇ ਗੁਰੂ ਘਰ ਬਣਾ ਉਹ ਹੈਰਾਨ ਵੀ ਮੈਨੂੰ ਇਹ ਕਿੱਥੇ ਰਹੀ ਜਾਂਦੇ ਆ ਕੌਣ ਹੈ ਕੀ ਹੈ ਉਹਨੂੰ ਐਸਾ ਪਹਿਰਾ ਲੱਗਾ ਉਹ ਆਪਣੀ ਸੋਝੀ ਨਾ ਰਹੀ ਅਮਰਸਾਕੇ ਸਿੰਘ ਸੱਜ ਗਿਆ ਉਹ ਕੱਲਾ ਹੀ ਫਿਰਦਾ ਰਿਹਾ ਕਾਫੀ ਥਾਵਾਂ ਤੇ ਕਿਸੇ ਵੀ ਸੰਤ ਮਹਾਂਪੁਰਸ਼ ਨੇ ਉਹਦੀ ਬਾਹ ਨਹੀਂ ਫੜੀ ਪਰਮੇਸ਼ਰ ਵੱਲੋਂ ਸੇਵਾ ਨਹੀਂ ਸੀ ਲੱਗੀ ਹੋਈ ਆ 2 ਸਾਲ ਹੋਏ ਅਸੀਂ ਜਾ ਕੇ ਉੱਥੇ ਨਿਸ਼ਾਨ ਸਾਬ ਲਾ ਕੇ ਆਏ ਆ ਤੇ ਉਹ ਹੁਣ ਗੁਰੂ ਘਰ ਮਹਾਰਾਜ ਦੀ ਕਿਰਪਾ ਨਾਲ ਬਣੇਗਾ ਸਮਾਂ ਆਏਗਾ ਸਰਕਾਰੀ ਜਗ੍ਹਾ ਹੈ ਉਹ ਕਹਿੰਦੇ ਵੀ ਸਰਕਾਰੀ ਹੈ ਤੇ ਅਸੀਂ ਕਹਿੰਨੇ ਵੀ ਸੱਚੀ ਸਰਕਾਰ ਦੀ ਹੈ ਹੁਣ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ ਕਿਉਂ ਮਹਾਰਾਜ ਦੇ ਸ਼ਹੀਦ ਸਿੰਘ ਜੋ ਉੱਥੇ ਸ਼ਹੀਦ ਹੋਏ ਨੇ ਇਹ ਸਰਕਾਰਾਂ ਦੇ ਹੋਂਣ ਬਣੀਆਂ ਨੇ ਉਹ ਸੱਚੀ ਸਰਕਾਰ ਤਾਂ ਜੁਗੋ ਜੁਗ ਅਟੱਲੀ ਹੈ ਸੋ ਉੱਥੇ ਨਿਸ਼ਾਨ ਸਾਹਿਬ ਲੱਗਾ ਸੰਗਤਾਂ ਜਾ ਕੇ ਨਮਸਕਾਰ ਕਰ ਆਉਂਦੀਆਂ ਨੇ ਸੇਵਾ ਹੁੰਦੀ ਹੁਣ ਸਹਿਜ ਧਾਰੀ ਵੀ ਉੱਥੇ ਮੱਥਾ ਟੇਕਣ ਲੱਗ ਪਏ ਸੀ ਇਦਾ ਸਿੰਘਾਂ ਨੂੰ ਨਿਸ਼ਾਨ ਸਾਹਿਬ ਝੂਲਦਾ ਸੋ ਖਾਲਸਾ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਜਾਇਆ ਬਹਾਦਰ ਸ਼ਾਹ ਮੇਰੀ ਮਦਦ ਕਰੋ ਭਾਈ ਆਨੰਦ ਲਾਲ ਸਾਹਿਬ ਜੀ ਨੂੰ ਭੇਜਿਆ ਤੇ ਮਹਾਰਾਜ ਜੀ ਨੇ ਉਹਦੀ ਮਦਦ ਕੀਤੀ ਪਤ ਸਾਹੇ ਕੀਓ ਸਭ ਕਲਾ ਦਿਖਾਈ ਐਸੀ ਕਲਾ ਦਿਖਾਈ ਇੱਕ ਪਾਸੇ ਕਹਿੰਦੇ ਆ ਸਤਾਰਾ ਆਜ਼ਮ ਕੋਲ 22 ਲੱਖ ਫੌਜ ਸੀਗੀ ਤੇ ਸ਼ਾਹ ਬਹਾਦਰ ਸ਼ਾਹ ਕੋਲ 2.5 ਲੱਖ ਫੌਜ ਸੀਗੀ 2.5 ਲੱਖ ਫੌਜ ਵਾਲਾ ਜਿੱਤ ਗਿਆ ਤੇ 22 ਲੱਖ ਵਾਲਾ ਹਾਰਾ ਤਾ ਤੇ ਬਹਾਦਰ ਸ਼ਾਹ ਨੂੰ ਲਿਆ ਕੇ ਮਹਾਰਾਜ ਨੇ ਆਪਣੇ ਹੱਥੀਂ ਹਿੰਦੁਸਤਾਨ ਦਾ ਬਾਦਸ਼ਾਹ ਆਗਰੇ ਚ ਬਣਾਇਆ ਹਾਂਜੀ ਭੇਜ ਬੰਦੇ ਕੋ ਫਿਰ ਖੋਹ ਲਈ ਫਿਰ ਗੁਰੂ ਸਾਹਿਬ ਨੇ ਬੰਦੇ ਨੂੰ ਭੇਜਿਆ ਥਾਪੀ ਦੇ ਕੇ ਉਹ ਤਾਕਤਾਂ ਸਾਰੀਆਂ ਖੋ ਲਈਆਂ ਫਿਰ ਤੁਰਕਾਂ ਕੋਲੋਂ ਤਤ ਖਾਲਸੇ ਪੈ ਸੋਉ ਆਈ ਕੋਈ ਸ਼ਕਤੀ ਫਿਰ ਖਾਲਸੇ 'ਚ ਆ ਗਈ ਤੇ ਅੱਜ ਤੱਕ ਇਹ ਤੇ ਰਹਿੰਦੀ ਦੁਨੀਆ ਤੱਕ ਉਹ ਸ਼ਕਤੀ ਖਾਲਸੇ ਕੋਲ ਰਹਿਣੀ ਹੈ ਦੋਹਰਾ ਕਹੀ ਨਾ ਗੱਲ ਵਹ ਗੁਰਨ ਕੀ ਔ ਕਹੀ ਨਾ ਗੱਲ ਵਹ ਪੰਥ ਨਾ ਤਾਂ ਗੁਰੂਆਂ ਦੀ ਗੱਲ ਦੱਸੀ ਉਸ ਬਾਪੂ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਤੇ ਨਾਂ ਪੰਥ ਖਾਲਸੇ ਦੀ ਸਚਾਈ ਦਸੀ ਕੁਲ ਤੇ ਬੀਤੇ ਬਰਸ ਬਹੁ ਪਾਤਸ਼ਾਹੇ ਔ ਗੁਰ ਸੰਤ ਉਹ ਜਿਹੜੇ ਕਈ ਸਾਲ ਸਦੀਆਂ ਜੰਗਾਂ ਵਿੱਚ ਬੀਤ ਗਈਆਂ ਸਨ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਟੱਕਰ ਸ਼ੁਰੂ ਹੋ ਗਈ ਸੀ ਬਾਬਰ ਨਾਲ ਮੂੰਹ ਤੇ ਕਹਤਾ ਬਾਬਰ ਤੂੰ ਜਾਬਰ ਹੈ ਪੈਰੀ ਪੈ ਗਿਆ ਤੇ ਫਿਰ ਰਾਜ ਵੀ ਦੇਤਾ ਮਹਾਰਾਜ ਨੇ ਤੇ ਫਿਰ ਪੰਜਵੇਂ ਪਾਤਸ਼ਾਹ ਨੂੰ ਜਹਾਂਗੀਰ ਨੇ ਤਤੀ ਤਵੀ ਤੇ ਭਾਇਆ ਸਤਗੁਰੂ ਆਰਗੁਬੈਂਸ ਸਾਹਿਬ ਗੁਆਲਿਆਰ ਦੇ ਕਾਲਜ ਭੇਜੇ ਫਿਰ ਨੌਵੀਂ ਪਾਸ਼ਾ ਹੀ ਸਿੱਧੀ ਹੋਈ ਦਸਵੇਂ ਪਾਸ਼ਾ ਨਾਲ 14 ਜੰਗ ਹੋਏ ਉਹ ਗੱਲਾਂ ਸਾਰੀਆਂ ਜਿਹੜੀਆਂ ਘੁਲਨ ਦੀਆਂ ਸਨ ਜੁੱਧ ਦੀਆਂ ਸਨ ਉਹ ਦਸੀਆਂ ਨਹੀਂ ਸੋਰਠਾ ਬੰਦ ਬੰਦ ਸਿੱਖਣ ਕਟਾਏ ਖੋਪਰੀ ਸਿਰੋਂ ਉਤਾਰ ਕਾ ਉਹ ਵੀ ਨਹੀਂ ਦੱਸਿਆ ਵੀ ਭਾਈ ਮਨੀ ਸਿੰਘ ਦੇ ਅਸੀਂ ਬੰਦ ਬੰਦ ਕੱਟੇ ਸੀਗੇ ਤੇ ਇਹ ਵੀ ਨਹੀਂ ਦੱਸਿਆ ਵੀ ਤਾਰੂ ਸਿੰਘ ਦੀ ਖੋਪਰੀ ਲਾਈ ਸੀ ਹਾਂਜੀ ਪਿੰਡ ਪਿੰਡ ਸੂਲੀ ਗੜਾਏ ਹਾਰ ਗਏ ਜਿਮ ਮੁਗਲ ਬਲ ਪਿੰਡਾਂ 'ਚ ਸੂਲੀਆਂ ਗੜ ਦਿੱਤੀਆਂ ਸੀ ਪਿੰਡਾਂ 'ਚ ਵੀ ਜੇ ਸਿੱਖ ਲੁਫੜ ਕੇ ਲਾਹੌਰ ਲੈ ਜਾਣੇ ਟਾਈਮ ਜ਼ਿਆਦਾ ਲੱਗਦਾ ਜਿੱਥੇ ਮਿਲੇ ਉੱਥੇ ਸੂਲੀ ਚਾੜ ਦਿਓ ਪਿੰਡਾਂ ਵਿੱਚ ਸੂਲੀਆਂ ਗੱਡੀਆਂ ਸੀ ਪੰਜਾਬ ਦੇ ਥਾਂ ਥਾਂ ਤੇ ਪਿੰਡਾਂ ਵਿੱਚ ਸਿੰਘ ਸ਼ਹੀਦ ਕੀਤੇ ਗਏ ਸੀਗੇ ਚੌਪਈ ਔਰ 나ਦਰ ਗੱਲ ਸਭੀ ਨਾ ਕਹੀ ਤੇ 나ਦਰ ਸ਼ਾਹ ਜਿਹੜਾ ਆਇਆ ਸੀ ਉਹਦੀ ਗੱਲ ਵੀ ਸੱਚੀ ਨਹੀਂ ਦੱਸੀ ਸਾਰੀ ਦਿੱਲੀ ਲੁੱਟੀ ਜਿੰਨੇ ਕਤਲ ਕਰਹੀ 70 ਹਜ਼ਾਰ ਬੰਦਾ ਦਿੱਲੀ ਚ ਉਹਨੇ ਮਾਰਿਆ ਸੀ ਤੇ ਕੋਈ ਨੂਰ ਹੀਰਾ ਤਖਤ ਤਾਊਸ ਮੁਗਲ ਆਜ਼ਮ ਹੀਰਾ ਉਹ ਬਾਦਸ਼ਾਹ ਮੁਗਲਾਂ ਦੇ ਕੋਲੋਂ ਖੋਹ ਕੇ 나ਦਰ ਲੈ ਗਿਆ ਮੁਹੰਮਦ ਸ਼ਾਹ ਰੰਗੀਲੇ ਦੀ ਕੁੜੀ ਨਾਲ ਆਪਣਾ ਨਿਕਾਹ ਪੜਾਇਆ ਉਹਦੇ ਖਾਨਦਾਨ ਦੀਆਂ ਮੁਗਲ ਸਹਜਾਦੀਆਂ ਆਪਣੇ ਪਰਿਵਾਰ ਦੇ ਨੌਕਰਾਂ ਨੂੰ ਵੰਡ ਦਿੱਤੀਆਂ ਆਪਣੇ ਪੁੱਤਰਾ ਭਤੀਜਿਆਂ ਨੂੰ ਵੰਡ ਦਿੱਤੀਆਂ ਸਭ ਦੀ ਬੇਇੱਜ਼ਤੀ ਕਰਕੇ ਮੁਗਲਾਂ ਦੀ ਨੱਕ ਵੱਢ ਕੇ ਲੈ ਗਿਆ ਨਾਦਰ ਕਿਸੇ ਨੇ ਨਾਦਰ ਨੂੰ ਰੋਕਿਆ ਨਹੀਂ ਜਦੋਂ ਕਰਨਾਲ ਟੱਪਿਆ ਬਾਬਾ ਦੀਪ ਸਿੰਘ ਨਵਾਬ ਕਪੂਰ ਸਿੰਘ ਸਰਦਾਰ ਜੈ ਸਿੰਘ ਬੜੇ-ਬੜੇ ਸਿੰਘ ਸੂਰਮੇ ਜਥਿਆਂ ਦੇ ਜਥੇ ਬਣਾ ਕੇ 2000 ਦਾ ਜਥਾ ਬਣਾਣਾ ਤੇਗਮੀਰ ਇਧਰੋਂ ਦੌੜਨਾ ਹੱਲਾ ਮਾਰ ਕੇ ਅਗਲੇ ਪਾਸਿਓਂ ਦੀ ਖੋਹ ਕੇ ਸਾਰਾ ਕੁਝ ਲੈ ਕੇ ਨਿਕਲ ਜਾਣਾ ਜਦੋਂ ਉਹਦੇ ਪਿੱਛੇ ਕਿਸੇ ਨੇ ਜਾਣਾ ਨਾਦਰ ਦੀ ਫੌਜ ਨੇ ਇਧਰੋਂ 2000 ਦਾ ਜਥਾ ਹੋਰ ਦੌੜਨਾ ਉਹਨਾਂ ਨੇ ਲੈ ਕੇ ਲੁੱਟ ਕੇ ਪਹਾੜਾਂ ਨੂੰ ਚੜ੍ਹ ਜਾਣਾ ਉਹਨਾਂ ਨੂੰ ਅਕਲ ਹੀ ਨਹੀਂ ਆਣ ਦਿੱਤੀ ਸੋਚ ਹੀ ਨਹੀਂ ਆਣ ਦਿੱਤੀ ਨਾਦਰ ਲਾਹੌਰ ਪਹੁੰਚਦਿਆਂ ਪਹੁੰਚਦਿਆਂ ਤੱਕ ਦਿੱਲੀ ਦਾ ਸਾਰਾ ਸਮਾਨ ਸਿੰਘ ਲੁੱਟ ਕੇ ਲੈ ਗਏ 22000 ਲੜਕੀਆਂ ਛਡਾ ਲਈਆਂ ਬੱਚੇ ਛਡਾਲੇ ਨਾਦਰ ਕੋਲੋਂ ਦਿੱਲੀ ਦਾ ਅੱਧੇ ਨਾਲੋਂ ਜ਼ਿਆਦਾ ਸਮਾਨ ਸਿੰਘ ਲੁੱਟ ਕੇ ਲੈ ਗਏ। ਨਾਦਰ ਨੇ ਜਾ ਕੇ ਜ਼ਕਰੀਆ ਖਾਨ ਨੂੰ ਪੁੱਛਿਆ ਉਹ ਜ਼ਕਰੀਆ ਖਾਨ ਮੈਂ ਈਰਾਨ ਤੋਂ ਤੁਰਿਆ ਦਿੱਲੀ ਤੱਕ ਮੇਰੇ ਕੋਈ ਮੁਕਾਬਲੇ ਤੇ ਨਹੀਂ ਖੰਗ ਨਹੀਂ ਸਕਿਆ। ਇਹ ਕੌਣ ਬੰਦੇ ਨਿਕਲੇ ਨੇ ਜਿਹੜੇ ਮੈਨੂੰ ਲੁੱਟ ਕੇ ਲੈ ਗਏ ਨੇ। ਚੋਰਾਂ ਨੂੰ ਮੋਰ ਪੈ ਗਏ ਨੇ। ਨਾਦਰ ਦੀ ਗੱਲ ਸੁਣ ਕੇ ਤਬਖਾਨੂ ਨੇ ਐਸ ਬਖਾਨੀ ਖਾਨੂ ਬਹਾਦਰ ਕਹਿੰਦੇ ਆ ਖਾਨ ਬਹਾਦਰ ਜਕਰੀਏ ਖਾਨ ਨੂੰ ਤਬ ਖਾਨੂ ਨੇ ਐਸ ਬਖਾਨੀ ਕਿਤੇ ਨਾ ਉਨਕੀ ਮੁਲਕ ਨਿਸ਼ਾਨੀ ਖੜੇ ਸੌਵੇਂ ਉਹ ਚਲਤੇ ਖਾਏ ਬੈਠੇ ਵੇ ਕਿਤੇ ਗਰਾਏ ਉਹ ਜਿਹੜੇ ਸਿੰਘ ਨੇ ਉਹ ਤੇ ਚਲਦੇ ਚਲਦੇ ਹੀ ਖਾ ਲੈਂਦੇ ਨੇ ਖਲੋਤੇ ਖਲੋਤੇ ਹੀ ਸੌ ਲੈਂਦੇ ਨੇ ਉਹਨਾਂ ਦਾ ਘਰ ਘਾਟ ਕੋਈ ਦੀ ਘੋੜਿਆਂ ਦੀਆਂ ਕਾਠੀਆਂ ਤੇ ਹੀ ਰਹਿੰਦੇ ਨੇ ਲੜਾਂ ਬਹੁਤ ਵੇਕਾਰ ਕੇ ਭਾਜ ਉਹ ਤੇ ਭਜ ਭਜ ਦੁਸ਼ਮਣ ਨੂੰ ਮਾਰਦੇ ਨੇ ਜੰਗਲਾਂ 'ਚ ਰਹਿੰਦੇ ਨੇ ਖਾਂਹ ਕੱਚੇ ਹੀ ਮਿਰਗ ਮਾਰ ਉਹਨਾਂ ਨੂੰ ਤੇ ਰੋਟੀ ਨਹੀਂ ਲੱਭਦੀ ਜੰਗਲ 'ਚ ਕੱਚਾ ਮਿਰਗ ਮਾਰ ਕੇ ਖਾ ਜਾਂਦੇ ਨੇ ਉਹ ਇਹੋ ਜਿਹੇ ਲੜਾਕੇ ਨੇ ਕੱਲਾ ਕੱਲਾ ਸਵਾ ਸਵਾ ਲੱਖ ਨਾਲ ਲੜਨ ਨੂੰ ਤਿਆਰ ਹੋ ਜਾਂਦਾ ਜਦੋਂ ਇਹ ਗੱਲ ਕਹੀ ਨਾਦਰ ਮੂੰਹ ਚ ਉਂਗਲਾ ਪਾ ਕੇ ਕਹਿਣ ਲੱਗਾ ਫਿਰ ਜਿੱਥੇ ਤੂੰ ਰਾਜ ਕਰਦਾ ਇੱਥੇ ਇਹ ਰਾਜ ਕਰਨਗੇ ਸੋ ਖਾਲਸਾ ਜੀ ਐਸਾ ਇਹ ਪੰਥ ਖਾਲਸਾ ਜਿਹੜੀ ਨਾਦਰ ਦੀ ਵੀ ਨੱਕ ਵੱਢ ਕੇ ਰੱਖ ਦਿੱਤੇ ਸਿੰਘਾਂ ਨੇ ਉਸ ਨਾਦਰ ਦੀ ਗੱਲ ਵੀ ਇਸ ਬਾਦਸ਼ਾਹ ਨੇ ਨਹੀਂ ਦੱਸੀ ਹਾਂਜੀ ਉਸ ਕਉ ਭੀ ਸਿੰਘ ਲੁੱਟਤੇ ਰਹੇ ਇਹ ਨਹੀਂ ਦੱਸਿਆ ਵੀ ਨਾਦਰ ਨੂੰ ਸਿੰਘ ਲੁੱਟਦੇ ਰਹੇ ਆ ਖਾਲਸਾ ਲੁੱਟਦਾ ਰਿਹਾ ਹੈ ਕਾਬਲ ਕੰਧਾਰ ਦੇ ਰਾਹੇ ਲੁੱਟ ਖਹਿ ਕਾਬਲ ਕੰਧਾਰ ਦੇ ਰਸਤੇ ਜਾ ਕੇ ਉਹਦੇ ਕੋਲੋਂ ਲੁੱਟ ਲੁੱਟ ਕੇ ਸਿੰਘ ਖਾ ਲੈਂਦੇ ਸੀਗੇ ਫਿਰ ਅਹਿਮਦ ਸ਼ਾਹ ਲਾਹੌਰ ਮਲ ਬਹਿਓ ਉਹ ਵੀ ਨਹੀਂ ਗੱਲ ਦਸੀ ਵੀ ਅਹਿਮਦ ਸ਼ਾਹ ਅਬਦਾਲੀ ਜਦੋਂ ਲਾਹੌਰ ਬਹਿ ਗਿਆ ਸੀ ਮਲ ਕੇ ਦਿੱਲੀ ਆਗਰੋ ਸਭ ਮਲ ਲਇਓ ਉਹਨੇ ਦਿੱਲੀ ਆਗਰਾ ਵੀ ਮਲ ਲਿਆ ਸੀ ਆ ਅਹਿਮਦ ਸ਼ਾਹ ਅਬਦਾਲੀ ਨੇ ਸੋ ਸਿੰਘਣ ਨੈ ਦਇਓ ਨਿਕਾਰ ਕੋ ਅਬਦਾਲੀ ਨੂੰ ਸਿੰਘ ਭਜਾ ਕੇ ਕਾਬਲ ਛੱਡ ਕੇ ਆਏ ਸੀਗੇ ਲਏ ਸਿੰਘਣ ਉਸ ਸੂਬੇ ਮਾਰ ਆ ਸਿੰਘਾਂ ਨੇ ਉਹਦੇ ਸੂਬੇ ਵੱਡੇ ਵੱਡੇ ਮਾਰ ਲਏ ਜੈਨ ਖਾਨ ਸਰਹੰਦ ਦਾ ਸੂਬਾ ਸਿੰਘਾਂ ਨੇ ਮਾਰਿਆ ਜਿਹੜਾ ਉਹ ਅਬਦਾਲੀ ਦਾ ਹੀ ਸੀਗਾ ਤੇ ਇਸੇ ਤਰ੍ਹਾਂ ਹੋਰ ਵੱਡੇ-ਵੱਡੇ ਸੂਬੇ ਉਹਦੇ ਤੋੜ ਕੇ ਸਿੰਘਾਂ ਨੇ ਵਿਆਸ ਤਾਂ ਖਾਲਸਾ ਦੀ ਕਾਇਮ ਕੀਤੀਆਂ ਦੋਹਰਾ ਜਿਮ ਉਸ ਪੁੱਤਰ ਤਮੂਰ ਕੋ ਲੰਘਾਇਓ ਮੁਰਦਨ ਕੈ ਰਾਹੇ ਉਹਦੇ ਪੁੱਤਰ ਤਮੂਰ ਸ਼ਾਹ ਨੂੰ ਮੁਰਦਿਆਂ ਦੇ ਰਾਹ ਭਜਾਇਆ ਜੰਗ ਦੇ ਵਿੱਚ ਸਿੰਘਾਂ ਨੇ ਗਇਓ ਤਲਾਕ ਨਿਕਾਰ ਕ ਹਮ ਔਲਾਦ ਆਵੇ ਇਤ ਨਾਹੇ ਤੇ ਤਮੂਰ ਇਹ ਕਹਿ ਗਿਆ ਸੀ ਵੀ ਮੇਰੀ ਔਲਾਦ ਹੁਣ ਹਿੰਦੁਸਤਾਨ ਨਹੀਂ ਆਏਗੀ ਹੁਣ ਅਸੀਂ ਨਹੀਂ ਆਉਂਦੇ ਸਿੰਘੋ ਤੁਸੀਂ ਰਾਜ ਕਰੋ ਕਹਿੰਦੇ ਲਹਿਣਾ ਸਿੰਘ ਭੰਗੀ ਨੂੰ ਤੈਮੂਰ ਨੇ ਇੱਕ ਬਦਾਮ ਦੀ ਬੋਰੀ ਤੇ ਇੱਕ ਨੇਜ਼ੇ ਤੇ ਕਾਜੂ ਤੇ ਕੀ ਕਹਿੰਦੇ ਆ ਭਈ ਪਿਸਤੇ ਵਧੀਆ ਵਧੀਆ ਕਿਸ਼ਮਿਸ ਉਹ ਟੋਕਰੇ ਭਰ ਕੇ ਭੇਜੇ ਖਾਲਸਾ ਜੀ ਤੁਸੀਂ ਪੰਜਾਬ ਵਿੱਚ ਨਾ ਸਾਡੇ ਵੱਲੋਂ ਰਾਜ ਕਰੋ ਵੀ ਜਾਂਦਾ ਜਾਂਦਾ ਆਪਣੀ ਲਤ ਉੱਤੇ ਰੱਖ ਜਾਵਾਂ ਮੈਂ ਰਾਜ ਦੇ ਚੱਲੇ ਲੈਣਾ ਸਿੰਘ ਭੰਗੀ ਸਰਦਾਰ ਹੋਇਆ ਭੰਗੀਆਂ ਦੀ ਮਿਸਲ ਚ ਉਹਨੇ ਕੀ ਕੀਤਾ ਉਹਨੇ ਲੈ ਕੇ ਨਾ ਉਹਦੀਆਂ ਬੋਰੀਆਂ ਸਾਰੀਆਂ ਵਾਪਸ ਕਰਤੀਆਂ ਮੇਵਿਆਂ ਦੀਆਂ ਤੇ ਇੱਕ ਨਾ ਉਹਨੂੰ ਬੋਰੀ ਛੋਲਿਆਂ ਭੁਜਿਆਂ ਦੀ ਭੇਜੀ ਤੇ ਕਹਿਣ ਲੱਗਾ ਸਾਡੇ ਬਾਦਾਮ ਤਾਂ ਆਹ ਨੇ ਤੇ ਅਸੀਂ ਤੇ ਇਹੀ ਚੱਬਣੇ ਨੇ ਤੂੰ ਕੌਣ ਹੋਣਾ ਸਾਨੂੰ ਬਾਦਸ਼ਾਹ ਹੀ ਦੇਣ ਵਾਲਾ ਸਾਨੂੰ ਤੇ ਬਾਦਸ਼ਾਹ ਹੀ ਕਲਗੀਆਂ ਵਾਲੇ ਦੇ ਗਏ ਤੇਰਾ ਥੋੜਾ ਕੀਤਾ ਰਾਜ ਲਾਵਾਂਗੇ ਤਲਵਾਰ ਨਾ ਲੈ ਲਾਂਗੇ ਆਜਾ ਜੰਗ ਕਰ ਲੈ ਉਹ ਕਹਿੰਦਾ ਤੁਸੀਂ ਰਾਜ ਕਰੋ ਮੈਂ ਸਭ ਕੁਝ ਛੱਡਿਆ ਮੇਰੀ ਉਲਾਦ ਵੀ ਨਹੀਂ ਆਉਣ ਲੱਗੀ ਕਹਿੰਦੇ ਉਸ ਤੋਂ ਬਾਅਦ ਕਾਬਲੀ ਕੋਈ ਨਹੀਂ ਆਇਆ ਚੜ੍ਹ ਕੇ ਹਿੰਦੁਸਤਾਨ ਤੇ ਹਾਂਜੀ ਚੌਪਈ ਫਿਰ ਪੋਤਰੇ ਉਸਕੇ ਆਏ ਫਿਰ ਉਹਦਾ ਪੋਤਰਾ ਅਬਦਾਲੀ ਦਾ ਆਇਆ ਸੀ ਜਦੋਂ ਸ਼ੇਰੇ ਪੰਜਾਬ ਨੇ ਲਾਹੌਰ ਦੇ ਕਬਜ਼ਾ ਕੀਤਾ ਨਾ ਤੇ ਥੋੜੇ ਦਿਨ ਬਾਅਦ ਅਬਦਾਲੀ ਦਾ ਪੋਤਰਾ ਆਇਆ ਸੀ ਸੂ ਖਾਲਸੇ ਮਾਰ ਹਟਾਏ ਉਹ ਵੀ ਖਾਲਸੇ ਨੇ ਮਾਰ ਟਾਇਆ ਸੀ ਕਹਿੰਦੇ ਉਹ ਥੰਮਣ ਬੁਰਜ 'ਚ ਬੈਠਾ ਸੀ ਅਬਦਾਲੀ ਦਾ ਪੋਤਰਾ ਤੇ ਸਰਦਾਰ ਰਣਜੀਤ ਸਿੰਘ ਦੀ ਉਮਰ ਉਦੋਂ 17 ਕੇ ਸਾਲ ਦੀ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਚੜ੍ਹਦੀ ਉਮਰ ਸੀਗੀ ਸੌਕ ਸਿੰਘਾਂ ਦਾ ਜਥਾ ਲੈ ਕੇ ਲਾਹੌਰ ਜਾ ਵੜਿਆ ਅਕਾਲ ਕਾਲ ਕਰਦੇ ਸੰਮਣ ਬੁਰਜ ਨੂੰ ਠਾ ਠਾ ਗੋਲੀਆਂ ਸਿੱਧੀਆਂ ਜਿੱਥੇ ਉਹ ਬਾਦਸ਼ਾਹ ਬੈਠਾ ਅਬਦਾਲੀ ਦਾ ਪੋਤਰਾ ਤੇ ਸਾਹਮਣੇ ਖਲੋ ਕੇ ਆਵਾਜ਼ ਮਾਰੀ ਓਏ ਅਬਦਾਲੀ ਦੇ ਪੋਤਰੇ ਤੈਨੂੰ ਚੜ੍ਹ ਸਿੰਘ ਦਾ ਪੋਤਰਾ ਵੰਗਾਰਦਾ ਬਾਹਰ ਕਿਉਂਕਿ ਚੜਤ ਸਿੰਘ ਦੀ ਟੱਕਰ ਰਹੀ ਅਬਦਾਲੀ ਨਾਲ ਤੇ ਉਹਦਾ ਪੋਤਰਾ ਰਣਜੀਤ ਸਿੰਘ ਅਬਦਾਲੀ ਦੇ ਪੋਤਰੇ ਨੂੰ ਕਹਿੰਦਾ ਵੀ ਤੂੰ ਅਬਦਾਲੀ ਦਾ ਪੋਤਰਾ ਮੈਂ ਚੜਤ ਸਿੰਘ ਦਾ ਓਏ ਅਬਦਾਲੀ ਦੇ ਪੋਤਰੇ ਤੈਨੂੰ ਚੜਤ ਸਿੰਘ ਦਾ ਪੋਤਰਾ ਵੰਗਾਰਦਾ ਬਾਹਰ ਨਿਕਲ ਉਹਦੀ ਇੰਨੀ ਜੁਰਤ ਨਹੀਂ ਪਈ ਵੀ ਮੈਂ ਬਾਹਰ ਝਾਕ ਵੀ ਜਾਵਾਂ ਬੋਲੇ ਸੋਨਹਾ ਨਾਦਰ ਭੁਜਾਇਆ ਅਬਦਾਲੀ ਭੁਜਾਇਆ ਤैमूर ਭੁਜਾਇਆ ਉਹਦਾ ਪੁੱਤਰ ਵੀ ਭੁਜਾਤਾ ਸਿੰਘਾਂ ਨੇ ਪੰਥ ਆਦਤੈ ਕੁਲਤੈ ਆਇਓ ਇਹ ਪੰਥ ਮੁੱਢ ਤੋਂ ਹੀ ਖੰਡੇ ਦੀ ਧਾਰ ਤੇ ਨੱਚਦਾ ਆਇਆ ਕੁਲਦਾ ਆਇਆ ਦੁਸ਼ਟ ਪਤ ਸਾਹ ਹੈ ਰૈયਤ ਸੁਨਾਇਓ ਪਰ ਉਸ ਦੁਸ਼ਟ ਪਾਤਸ਼ਾਹ ਨੇ ਐਡੇ ਮਹਾਨ ਪੰਥ ਦਾ ਇਤਿਹਾਸ ਲੁਕੋ ਕੇ ਇਹ ਕਹਿਤਾ ਵੀ ਇਹਦੇ ਜਰਾਇਮ ਪੇਸ਼ਾ ਸੀ ਕਿ ਥੋੜਾ ਜਾਂ ਇਹਨਾਂ ਨੂੰ ਅਸੀਂ ਰਾਜ ਦਿੱਤਾ ਹੋਇਆ ਹਾਂ ਜੀ ਦੋਹਰਾ ਦੁਸ਼ਟ ਦੁਸ਼ਟਾਈ ਨਹ ਤਜੇ ਜਿਮ ਸਰਪ ਤਜੇ ਬਿਖ ਨਾਹੇ ਜਿਵੇਂ ਸੱਪ ਡੰਗ ਮਾਰਨੋਂ ਨਹੀਂ ਰਹਿੰਦਾ ਦੁਸ਼ਟ ਪੁਰਸ਼ ਇਸ ਤਰ੍ਹਾਂ ਦੀ ਨੀਚ ਗੱਲ ਕਰਨ ਤੋਂ ਬਾਅਦ ਨਹੀਂ ਆਉਂਦਾ ਹਾਂ ਜੀ ਅਕਸਰ ਦੁੱਧ ਪਿਲਾਈਐ ਡੰਗ ਮਾਰਨ ਤੇ ਨਾ ਟਲਾਹੇ ਦੁੱਧ ਪਿਆਈ ਜਾ ਉਹ ਸੱਪੇ ਦੁੱਧ ਪਿਆ ਲੀਆ ਉਹ ਬੇਹੁਮੂ ਸਟਾ ਉਹੀ ਕੰਮ ਇਹ ਗੌਰ ਅਲੀ ਸ਼ਾਹ আলম ਬਾਦਸ਼ਾਹ ਨੇ ਖਾਲਸੇ ਦੀ ਸ਼ਾਨ ਦੇ ਖਰਾਬ ਕੀਤਾ ਪਰ ਉਹ ਅੰਗਰੇਜ਼ ਬੜੇ ਸਿਆਣੇ ਸੀਗੇ ਉਹਨਾਂ ਨੇ ਆਖਿਆ ਇਹ ਗੱਲ ਲੰਡਨ ਭੇਜਣੀ ਹੈ ਮਹਾਰਾਣੀ ਕੋਲ ਜੇ ਕਿਤੇ ਗਲਤ ਨਿਕਲ ਆਈ ਸਾਡੀ ਖੈਰ ਨਹੀਂ ਅੰਗਰੇਜ਼ ਹਰ ਗੱਲ ਦੀ ਬਰੀਕੀ ਤਾਂ ਹੀ ਜਾਣਦੇ ਸੀ ਸਚਾਈ ਲੱਭਦੇ ਸੀ ਇਹ ਉਹਨਾਂ ਦੀ ਖੂਬੀ ਸੀ ਉਹਨਾਂ ਨੇ ਸਿੱਖਾਂ ਦਾ ਇਤਿਹਾਸ ਲਿਖਵਾਉਣ ਵਾਸਤੇ ਪਤਾ ਕੀਤਾ ਆਫਟਰ ਲੋਨੀ ਦਾ ਸੇਵਕ ਉਹਦਾ ਇੱਕ ਛੋਟਾ ਜੂਨੀਅਰ ਅਫਸਰ ਸੀਗਾ ਜਿਹੜਾ ਜਿਹੜਾ ਅੰਮ੍ਰਾਲਾ ਲੁਧਿਆਣਾ ਤੇ ਕਰਨਾਲ ਤਿੰਨਾਂ ਜ਼ਿਲ੍ਹਿਆਂ ਦਾ ਉਹ ਡਿਪਟੀ ਕਮਿਸ਼ਨਰ ਥਾਪਿਆ ਗਿਆ ਸੀ ਕੈਪਟਨ ਮਰੀ ਉਹਦੀ ਡਿਊਟੀ ਲਈ ਉਹ ਹਿਸਟੋਰੀਨ ਲੱਭ ਰਿਹਾ ਹੈ ਵੀ ਜਿਹੜਾ ਸਿੱਖਾਂ ਦੀ ਹਿਸਟਰੀ ਲਿਖ ਦਵੇ ਉਹ ਕਥਾ ਅਗਲੇ ਪ੍ਰਕਰਣਾ ਜਾਂ ਆਪਾਂ ਸੁਣਾਵਾਂਗੇ ਪਿਆਰ ਨਾਲ ਸਮਾਂ ਬਹੁਤ ਹੋ ਚੁੱਕਾ ਹੈ ਖਾਲਸਾ ਜੀ ਜਿਵੇਂ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਨੇ ਰਤਨ ਸਿੰਘ ਜੀ ਭੰਗੂ ਕੋਲੋਂ ਇਹ ਲਿਖਵਾ ਲਿਆ ਤੁਹਾਡੀਆਂ ਅਸੀਸਾਂ ਹੋਈਆਂ ਤੇ ਇਹ ਆਪ ਜੀ ਨਾਲ ਸਰਵਣ ਵੀ ਕਰਾ ਲਾਂਗੇ ਇਹ ਗੁਰੂ ਦੀ ਖੇਡ ਹੈ ਗੁਰੂ ਦਾ ਇਤਿਹਾਸ ਹੈ ਪੰਥ ਦਾ ਇਤਿਹਾਸ ਹੈ ਉਹਨਾਂ ਸ਼ਹੀਦਾਂ ਦੀ ਕਿਰਪਾ ਸੰਗਤਾਂ ਦੀ ਮਿਹਰ ਦੀ ਦ੍ਰਿਸ਼ਟੀ ਤੇ ਗੁਰੂ ਦਾ ਇਤਿਹਾਸ ਸਾਂਝਾ ਹੋਵੇਗਾ ਬਹੁਤ ਬਹੁਤ ਧੰਨਵਾਦ ਆਉ ਕੀ ਲੀਆਂ ਪੰਕਤੀਆਂ ਸਰਵਣ ਕਰੀਏ ਦੋਹਰਾ ਦੁਸ਼ਟ ਦੁਸ਼ਟਾਈ ਨਹ ਤਜੇ ਜਿਮ ਸਰਬ ਤਜੇ ਵਿਖ ਨਾਹੀ ਅਕਸਰ ਦੂਧ ਪਿਲਾਈਐ ਡੰਗ ਮਾਰਨ ਤੇ ਨਾ ਟਲਾਤੀ ਵਾਹਿਗੁਰੂ ਜੀ ਕਾ